ਬਹੁਤ ਪੁਰਾਣੀ ਕਟਨਾਏ ਤੁਹਾਡੀ ਪਰ ਲਗਾਤਾਰ ਜਈਆਂ ਕਟਨਾਵਾ ਸਾਹਮਣੇ ਆ ਰਹੀਆਂ ਨੇ ਡੌਂਕੀ ਲਗਾ ਕੇ ਲੋਕ ਬਾਹਰ ਜਾਂਦੇ ਉਸ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਕਿ ਘਰ ਵਾਪਸ ਮੁੜਨਾ ਹੈ ਨਹੀਂ ਮੁੜਨਾ ਹੈ ਜਿੰਟਾਂ ਨੂੰ ਪੈਸੇ ਦੇ ਕੇ ਠੱਗੇ ਜਾਂਦੇ ਐ ਮੈਨੂੰ ਤਾਂ ਇਹ ਸੀ ਵੀ ਮੈਂ ਚਲੇ ਜਾਣਾ ਜਰਮਨ ਉੱਥੇ ਜਾ ਕੇ ਇਦਾਂ ਹੋਵਾਂਗਾ ਇਦਾਂ ਨਾ ਉਹ ਤਾਂ ਇੱਕ ਖਿਆਲੀ ਦੁਨੀਆ ਸੀਗੀ ਵੀ ਵਧੀਆ ਲੱਗਦੀ ਆ 15 ਤੋਂ 20 ਦਿਨ ਤੱਕ ਅਸੀਂ ਜੰਗਲ 'ਚ ਫਸੇ-ਫੁਸੇ ਰਹੇ ਹਾਂ ਨਾ ਚੰਗਾ ਜਿਆਦਾ ੱਟਕੇ ਧੁੱਕੇ ਖਾਦੇ 15-20 ਦਿਨ ਬਾਅਦ ਹੀ ਪਾਣੀ ਨਸੀਬ ਹੋਇਆ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਤਾਂ ਇਦਾਂ ਲੱਗਿਆ ਜਦੋਂ ਮੈਂ ਇਥੋਂ ਪਿੰਡੋਂ ਤੁਰਿਆ ਵੀ ਮੈਂ ਹੁਣ ਪਹੁੰਚ ਜਾਣਾ ਜਰਮਨ ਆ ਨਾ ਉਹ ਤਾਂ ਫਿਰ ਉੱਥੇ ਜਾ ਕੇ ਪਤਾ ਲੱਗਾ ਵੀ ਕਿਹੜੇ ਭਾਵੀ ਕੀ ਆ। ਤੁਹਾਡੀ ਵਾਪਸੀ ਕਿਵੇਂ ਹੋਈ ਉੱਥੇ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਅਮਰੂਦ ਦੇ ਪੱਤੇ ਖਾਂਦੇ ਨੇ ਉਹ। ਹਾਂ ਜੀ ਬਿਲਕੁਲ ਅਮਰੂਦ ਦੇ ਪੱਤੇ ਵੀ ਖਾਦੇ ਆ। ਅਮਰੂਦ ਹੋ ਸਕਦਾ ਪਰ ਮੈਨੂੰ ਇਦਾਂ ਲੱਗਦਾ ਵੀ ਖੱਟੇ ਮਿੱਠੇ ਜਿਹੇ ਕੁਝ ਪੱਤੇ ਸੀ ਅਸੀਂ ਬੜਾ ਟਾਈਮ ਇੱਕ ਦਿਨ ਟੇਸਟ ਕੀਤਾ ਤੇ ਸਾਰੀ ਦਿਹਾੜੀ ਦੇਖੋ ਭੁੱਖੇ ਰਹਿਣਾ ਬੜੀ ਵੱਡੀ ਗੱਲ ਆ ਨਾ। ਪਨਾਗ ਸਗਾ ਜਾਂ ਕੁਛ ਹੋਰ ਇਦਾਂ ਦਾ ਸਗਾ ਜਿਹੜਾ ਸਾਨੂੰ ਉੱਥੇ ਜਾ ਕੇ ਕੋਈ ਬੰਦੇ ਮਿਲੇ ਜਾਂ ਅਸੀਂ ਕੋ ਪਾਣੀ ਪੁਣੀ ਪੀਤਾ ਉੱਥੇ ਰੱਜ ਕੇ ਹਨਾ ਤੇ ਪਾਣੀ ਵੀ ਇੰਨਾ ਜ਼ਿਆਦਾ ਪੀਤਾ ਵੀ ਦੋ ਦਿਨ ਦਾ ਸਾਨੂੰ ਕਹਿ ਲੋ ਕਿ ਪੇਟ ਹੀ ਸਾਡਾ ਫੁੱਲੇ ਆ ਰਹੇ ਹਨਾ ਪਾਣੀ ਇੰਨਾ ਕ ਪੀ ਲਿਆ ਪਿਆਸ ਇੰਨੀ ਕ ਲੱਗੀ ਸੀ ਕਿੰਨੇ ਟਾਈਮ ਬਾਅਦ ਪਾਣੀ ਪੀਤਾ ਸੀ ਅ 4 ਦਿਨ ਪੂਰੇ ਬਾਅਦ ਪਾਣੀ ਕਰਨਾ ਹੀ ਉਹਨਾਂ ਨੇ ਖੱਜਲ ਸੀ ਮੈਨੂੰ ਤਾਂ ਇਦਾਂ ਲੱਗਦਾ ਹੁਣ ਫੀਲ ਹੋਇਆ ਬਾਅਦ ਚ ਵੀ ਲਿਆਣਾ ਤਾਂ ਉਹਨਾਂ ਨੇ ਕਿਤੇ ਨਹੀਂ ਸੀਗਾ ਬਸ ਉਹਨਾਂ ਨੇ ਹਿੱਦੇ ਜੰਗਲਾਂ ਜੰਗਲਾਂ ਦੇ ਵਿੱਚ ਘੁਮਾ ਕੇ ਮੁਕੇ ਉਹਨਾਂ ਨੂੰ ਸੀ ਵੀ ਸ਼ਾਇਦ ਇਹਨਾਂ ਦਾ ਭੋਗ ਪੈ ਜਾਊਗਾ ਇਹੀ ਹੋਣਾ ਨਾ ਕਿੰਨਾ ਟਾਈਮ ਤੁਸੀਂ ਜੰਗਲਾਂ ਦੇ ਵਿੱਚ ਰਹੇ ਕਿਸ ਤਰ੍ਹਾਂ ਜੰਗਲਾਂ ਵਿੱਚ ਕਿਵੇਂ ਪਹੁੰਚ ਗਏ ਜੰਗਲਾਂ ਦੇ ਵਿੱਚ ਮੈਡਮ ਮੈਂ ਹਫ਼ਤਾ ਤੱਕ ਅਸੀਂ ਪੂਰਾ ਰਹੇ ਜੀ ਦਿਨ ਰਾਤ ਨਾ ਕੁਝ ਸੁੱਤੇ ਚੰਗੀ ਤਰ੍ਹਾਂ ਨਾ ਖਾਦਾ ਨਾ ਪੀਤਾ ਉਹਦੇ ਤੋਂ ਬਾਅਦ ਤੇ ਨਾ ਉਹ ਸਾਨੂੰ ਜਿਹੜਾ ਏਜੰਸੀ ਉਹ ਮਿਲਿਆ ਤੇ ਨਾ ਹੀ ਉਹਨੇ ਸਾਡੀ ਕੋਈ ਬਾਤ ਕੁਛ ਹੀ ਨਾ ਉਥੇ ਕੋ ਫੋਨ ਸੀ ਤੇ ਉਹ ਤਾਂ ਚਲੋ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਮੈਂ ਅਜ ਜੀਂਦਾ ਹਾਂ ਤੇ ਫਿਲਹਾਲ ਤਾਂ ਕੋਈ ਆਸ ਨਹੀਂ ਸੀ ਮੈਂ ਵੀ ਛੱਡੀ ਸੀ ਤੇ ਮੇਰੇ ਨਾਲ ਜਿਹੜਾ ਮੇਰਾ ਫਰੈਂਡ ਸੀ ਉਹਨੇ ਤਾਂ ਬਿਲਕੁਲ ਢੇਡ ਢਾਈਓ ਸੀ ਬੈਡ ਐਕਸਪੀਰੀਅੰਸ ਹੈਗਾ ਮੈਂ ਉਹਦਾ ਯਾਦ ਨਹੀਂ ਕਰਨਾ ਚਾਹੁੰਦਾ ਸੀ ਤੁਸੀਂ ਫਿਰ ਅੱਜ ਮੈਨੂੰ ਯਾਦ ਕਰਾਇਆ ਬੜੇ ਟਾਈਮ ਬਾਅਦ ਛੋਟੀ ਜੀ ਇਸ ਜ਼ਿੰਦਗੀ ਤੇ ਅਹਿਸਾਨ ਨੇ ਕੰਜਾਂ ਦੇ ਮੈਂ ਕੱਲ ਦਾ ਸੂਰਜ ਨਾ ਦੇਖਾਂ ਅਰਮਾਨ ਹੈ ਕੰਜਾਂ ਦੇ ਉੰਜ ਮੇਰੇ ਲਈ ਕਰਨ ਦਵਾਵਾ ਕਿ ਅੱਗੇ ਹੋਰ ਵਧਾਂ ਪਰ ਕੀ ਦੱਸਾਂ ਕਿ ਦਿਲਚੰਦਰੇ ਬੇਈਮਾਨ ਹੈ ਕਿੰਨਾਂ ਦੇ ਬੜਾ ਮੈਨੂੰ ਚੇਥੇ ਰਹਿੰਦਾ ਆ ਤੇ ਵੇ بڑے ਐਸ ਵੇਲੇ ਐਕਟਰ ਉਹ ਜੋ ਸੀਨੀਅਰ ਸੀਨੀਅਰ ਕਹਿ ਸਕਦਾ ਮੈਂ ਤੇ ਚਲੋ ਉਦਾਂ ਜੂਨੀਅਰ ਹੋਣਗੇ ਮੇਰੇ ਨਾਲ ਐਕਟਰ ਵਾ ਉਹਨਾਂ ਲੋਕ ਫਾਲੋ ਕਰਦੇ ਮਿਲੀਅਨਾਂ ਚ ਨਾ ਤੇ ਉਹਨਾਂ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਸੀ ਵੀ ਭਾਜੀ ਸਾਨੂੰ ਗਾਣੇ ਚਲਾ ਲਓ ਕਲ ਚਲਦੇ ਕਮਰਸ਼ੀਅਲ ਗਾਣੇ ਆ ਤੁਸੀਂ ਉਹੀ ਗੱਲ ਕਰਦੇ ਕਿ ਡਿਵੋਸ਼ਨਲ ਗਾਣਿਆਂ ਨੂੰ ਕੋਈ ਪੁੱਛਦਾ ਨਹੀਂ ਲੋਕੀ ਗਾਲਾਂ ਵੀ ਕੱਢਦੇ ਆ ਫਿਰ ਸੁਣਦੇ ਵੀ ਕਮਰਸ਼ੀਅਲ ਗਾਣੇ ਕਿਤੇ ਹਥਿਆਰਾਂ ਵਾਲਾ ਗਾਣਾ ਹੁੰਦਾ ਕੁੜੀ ਨੂੰ ਕੁਝ ਆਹ ਕੀ ਆ ਹੁੰਦਾ ਗਾਣੇ ਦੇ ਵਿੱਚ ਜਾਂ ਬੰਦੂਕਾਂ ਦੀ ਗੱਲ ਹੁੰਦੀ ਤਾਂ ਸ਼ਾਇਦ ਪਪੂਲਰ ਹੁੰਦਾ ਜੀ ਮੈਂ ਪੱਤਾ ਪੱਤੇ ਦੇ ਨਾਲ ਟਾਣੀ ਤੇ ਸਾਗਰਾ ਨਾ ਪਾਣੀ ਜੀ ਐਦਾਂ ਤੇਰੀ ਲੋੜ ਸਾਹਿਬ रहे ਚੱਲਦੀ ਸਵਾਸਾਂ ਵਾਲੀ ਤਾਣੀ ਮੈਂ ਜਪਾਂ ਤੇਰੀ ਬਾਣੀ ਨਾ ਮੰਗਾ ਕੁਝ ਹੋਰ ਸਾਹਿਬਾ ਟੈਲੀਪੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਨੂਰ ਤਵਨ ਅਕਸਰ ਵਕਫਾ ਕਰ ਦਿਆ ਗਾਇਕਾਂ ਦਿਆਂ ਕਲਾਕਾਰਾਂ ਦੀਆਂ ਜ਼ਿੰਦਗੀ ਦੇ ਉਤਾਰ ਚੜਾਅ ਕਿਸ ਤਰ੍ਹਾਂ ਦੇ ਦੇ ਕਈ ਕਹਾਣੀਆਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਰਹਿੰਦੇ ਅੱਜ ਅਸੀਂ ਪਹੁੰਚੇ ਹਾਂ ਫਗਵਾੜੇ ਜਿੱਥੇ ਤੁਹਾਨੂੰ ਕਹਾਣੀ ਸੁਣਾਵਾਂਗੇ ਰਵੀ ਕੁਮਾਰ ਤੋਂ ਆਰ ਜੋਗੀ ਦੀ ਕਿਸ ਤਰ੍ਹਾਂ ਬਣੇ ਕਿਸ ਤਰ੍ਹਾਂ ਦਾ ਸਫ਼ਰ ਆ ਗਾਇਕੀ ਦੇ ਵਿੱਚ ਕਿਸ ਤਰ੍ਹਾਂ ਕਦਮ ਰੱਖਿਆ 10 ਸਾਲ ਹੋ ਗਏ ਨੇ ਗਾਇਕੀ ਦੇ ਵਿੱਚ ਕਿਹੜੇ ਕਿਹੜੇ ਗੀਤ ਰਿਲੀਜ਼ ਹੋਏ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਲੋਕਾਂ ਤੋਂ ਔਰ ਨਵੀਂ ਇੰਡਸਟਰੀ ਜੋ ਅੱਗੇ ਆ ਰਹੀ ਉਸ ਤੇ ਬਾਰੇ ਕੀ ਕਹਿਣਾ ਹੈ ਲੋਕ ਇੰਡਸਟਰੀ ਦੇ ਵਿੱਚ ਜਿਹੜੇ ਕਲਾਕਾਰ ਮੌਜੂਦ ਨੇ ਕੀ ਕਹਿੰਦੇ ਨੇ ਮੋਨੋਪੋਲੀ ਬਣ ਚੁੱਕੀ ਹੈ ਲੋਕਾਂ ਦੇ ਨਾਲ ਧੋਖਾ ਹੁੰਦਾ ਹੈ ਕਈ ਵਾਰ ਕੋਈ ਕੰਪਨੀਆਂ ਕਰਦੀਆਂ ਨੇ ਕਈ ਵਾਰ ਗਾਇਕ ਕਰ ਦਿੰਦੇ ਨੇ ਤਾਂ ਕਿਸ ਤਰ੍ਹਾਂ ਦਾ ਸਫ਼ਰ ਹੈ ਇੰਡਸਟਰੀ ਦਾ ਔਰ ਨਿੱਜੀ ਜ਼ਿੰਦਗੀ ਦੇ ਨਾਲ ਜੁੜੇ ਵੀ ਕਈ ਰਾਜ਼ ਤੁਹਾਡੇ ਨਾਲ ਖੋਲ੍ਹਾਂਗੇ ਕਈ ਗੱਲਾਂ ਕਰਾਂਗੇ ਸਾਂਝੇ ਤਬিনা ਦੇਰੀ ਦੇ ਸਵਾਗਤ ਕਰ ਲੈਂਦੇ ਆ ਅਰਜੋਗੀ ਜੀ ਦਾ ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਛੋਟੀ ਜੀ ਇਸ ਜ਼ਿੰਦਗੀ ਤੇ ਅਹਿਸਾਨ ਨੇ ਕੰਜਾਂ ਦੇ ਮੈਂ ਕੱਲ ਦਾ ਸੂਰਜ ਨਾ ਦੇਖਾਂ ਔਰਮਾਨ ਹੈ ਕੰਜਾਂ ਦੇ ਉਂਝ ਮੇਰੇ ਲਈ ਕਰਨ ਦਵਾਵਾ ਕਿ ਅੱਗੇ ਹੋਰ ਵਧਾਂ ਪਰ ਕੀ ਦੱਸਾਂ ਕਿ ਦਿਲਚੰਦਰੇ ਬੇਈਮਾਨ ਹੈ ਕੰਜਾਂ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਜੋਗੀ ਡੇਲੀ ਪੋਸਟ ਦੇਖ ਰਹੇ ਜਿੰਨੇ ਵੀ ਪਿਆਰੇ ਸਰੋਤੇ ਦੇ ਸੰਦੇਸ਼ਾਂ ਵਿੱਚ ਜਸਨੂਰ ਮੈਡਮ ਜੀ ਇਹਨਾਂ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਜੀ ਆਇਆਂ ਜੀ ਵੈਲਕਮ ਜੀ ਜਿਹੜੀ ਤੁਸੀਂ ਸ਼ਾਇਰੀ ਸੁنائਈ ਇਹ ਤਾਂ ਵੈਸੇ ਤਾਂ ਬਹੁਤ ਵਧੀਆ ਬਟ ਮੈਨੂੰ ਅੱਧਾ ਲੱਗ ਰਿਹਾ ਕਿ ਕਿਸੇ ਲਈ ਟੌਂਟ ਵੀ ਹੈ। ਇਹ ਕਿਸੇ ਨੂੰ ਟੌਂਟ ਮਾਰੇ ਤੁਸੀਂ? ਅ ਦੇਖੋ ਜੀ ਟੌਂਟ ਤਾਂ ਨਹੀਂ ਹੈਗਾ ਤੇ ਕਿਸੇ ਨੂੰ ਯਾਦ ਜ਼ਰੂਰ ਕਰਾਇਆ ਕਿ ਵੇ ਮੈਂ ਹਾਲੇ ਵੀ ਇਸ ਲਾਈਨ ਦੇ ਵਿੱਚ ਆ ਸਟਰਗਲ ਕਰ ਰਿਹਾ ਤੇ ਪ੍ਰਮਾਤਮਾ ਸੁੱਖ ਰੱਖੇ ਜ਼ਰੂਰ ਅੱਗੇ ਵਧਾਂਗੇ। ਪਹਿਲਾਂ ਵੀ ਵਧੇ ਸੀ ਅ ਹੁਣ ਫਿਰ ਮਤਲਬ ਨਵੀਂ ਸੋਚ ਨੂੰ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਹਾਂ। ਅ ਪੰਜਾਬੀ ਇੰਡਸਟਰੀ ਦੀ ਗੱਲ ਆ ਖਾਸ ਕਰਕੇ ਜੋ ਧਾਰਮਿਕ ਜਾਂ ਡਿਵੋਸ਼ਨਲ ਲਗਾਉਂਦੇ ਆ ਤੇ ਉਹਨਾਂ ਨੂੰ ਘੱਟ ਲੋਕ ਐਪਰੀਸ਼ੀਏਟ ਕਰਦੇ ਆ ਮੇਰੇ ਜ਼ਿਆਦਾਤਰ ਡਿਵੋਸ਼ਨਲ Song ਅ ਬੜੇ ਫੇਮਸ ਰਹੇ ਆ ਬੜਾ ਪਿਆਰ ਦਿੱਤਾ ਹੈ ਟਿਕਟੌਕ ਤੇ ਇੰਸਟਾਗ੍ਰam ਜੋ ਵੀ ਸੋਸ਼ਲ ਸਾਈਟਾਂ ਤੇ ਪਰ ਮੇਰਾ ਚਿਹਰਾ ਕੋਈ ਐਡਾ ਖਾਸ ਨਹੀਂ ਆਇਆ ਹਲੇ ਅਗੇ ਜੀ ਇਹ ਇਹ ਕਈ ਵਾਰ ਐਦਾਂ ਵੀ ਹੁੰਦਾ ਹੈ ਕਿ ਖਾਰ ਵੀ ਖਾਂਦੇ ਆ ਲੋਕ ਸ਼ਾਇਦ ਤੁਹਾਡੇ ਗਾਣੇ ਸੁਣਦੇ ਵੀ ਹੋਣਗੇ ਪਰ ਕਦੀ ਕਿਸੇ ਨੂੰ ਦੱਸਦੇ ਨਹੀਂ ਕਿ ਇਹ ਉਹੀ ਮੁੰਡਾ ਜਿੰਨੇ ਗਾਣਾ ਗਾਇਆ ਹਾਂਜੀ ਖਾਰ ਵੈਸੇ ਮੈਂ ਬੜਾ ਸਿੰਪਲ ਜਿਹਾ ਹਾਂ ਜੀ ਆ ਟੈਟੂ ਡੂ ਟੂ ਵਗੈਰਾ ਇਦਾਂ ਦੇ ਕੱਪੜੇ ਤਾਂ ਵੈਸੇ ਹੀ ਬਾਹਰ ਹੋਣਾ ਜਾਣਾ ਤਾਂ ਪਾਪੂ ਲਈ ਤੇ ਉਦਾਂ ਆਪਾਂ ਬਿਲਕੁਲ ਦੇਸੀ ਆ ਪਰ ਖਾਰ ਵਾਲੀ ਗੱਲ ਹੋ ਵੀ ਸਕਦੀ ਆ ਪਰ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਮੈਰੀ 5 ਸਾਲ ਮੈਂ ਕੰਮ ਕੀਤਾ ਜ ਜਿਨ੍ਹਾਂ ਦੇ ਨਾਲ ਮੈਂ ਬੌਂਡ ਹੋਇਆ ਸੀਗਾ ਉਹਨਾਂ ਦੇ ਕਿਤੇ ਨਾ ਕਿਤੇ ਹੋ ਸਕਦਾ ਹੱਲੇ ਵੀ ਮਨਸ ਹੋਵੇ ਪਰ ਮੇਰੇ ਲਈ ਫਿਰ ਵੀ ਪਿਆਰ ਆ ਉਹਨਾਂ ਲਈ ਅਜੇ ਕਰ ਗੱਲ ਕਰੀਏ ਤਾਂ ਆਪ ਵੀ ਕਹਿ ਦਿੰਦੇ ਕਿ ਅੱਜਕੱਲ ਚਲਦੇ ਕਮਰਸ਼ੀਅਲ ਗਾਣੇ ਆ ਤੁਸੀਂ ਉਹੀ ਗੱਲ ਕਰਤੀ ਕਿ ਡਿਵੋਸ਼ਨਲ ਗਾਣਿਆਂ ਨੂੰ ਕੋਈ ਪੁੱਛਦਾ ਨਹੀਂ ਲੋਕੀ ਗਾਲਾਂ ਵੀ ਕੱਢਦੇ ਆ ਪਰ ਸੁਣਦੇ ਵੀ ਕਮਰਸ਼ੀਅਲ ਗਾਣੇ ਦੇਖੋ ਜੀ ਬੜੀ ਹਾਸੇ ਵਾਲੀ ਗੱਲ ਆ ਮੇਰਾ ਸ਼ਬਦ ਜਿਹਦੇ ਕਰਕੇ ਮੈਂ ਦੁਬਾਰਾ ਫਿਰ ਮਤਲਬ ਇਹ ਖੜਾ ਹੋਇਆ ਜਾਂ ਮੇਰੇ ਚ ਸਾਹ ਪਿਆ ਮੈਂ ਇਹ ਕਹਿ ਸਕਦਾ ਉਹਦੀਆਂ ਦੋ ਲਾਈਨਾਂ ਸੁਣਾਵਾਂ ਮੈਂ ਜੀ ਬਿਲਕੁਲ ਜੀ ਮੈਂ ਪੱਤਾ ਪੱਤੇ ਦੇ ਨਾਲ ਟਾਣੀ ਤੇ ਸਾਗ ਰਾਂ ਨਾ ਪਾਣੀ ਜੀ ਐਦਾ ਤੇਰੀ ਲੋੜ ਸਾਹਿਬ ਰਹੇ ਚਲਦੀ ਸਵਾਸਾਂ ਵਾਲੀ ਤਾਣੀ ਮੈਂ ਜਪਾਂ ਤੇਰੀ ਬਾਣੀ ਨਾ ਮੰਗਾ ਕੁਝ ਹੋਰ ਸਾਹਿਬ ਦੇਖੋ ਜੀ ਇਹ ਮੇਰਾ ਡਿਵੋਸ਼ਨਲ Song ਆ ਇਹਦੇ ਥੱਲੇ ਵੀ ਇਨੇ ਡਿਸਲਾਈਕ ਆਇਓ ਹੈ ਇਨੇ ਬੈਡ ਕਮੈਂਟ ਆਏ ਆ ਪਤਾ ਨਹੀਂ ਲੋਕ ਕੀ ਭਾਲਦੇ ਆ ਰੱਬ ਜਾਣੇ ਕੀ ਭਾਲਦੇ ਮੈਂ ਪਹਿਲਾਂ ਪੰਜਾਬੀ ਗਾਣੇ ਵੀ ਗਾਏ ਆ ਉਦੋਂ ਥੋੜਾ ਸੋਸ਼ਲ ਮੀਡੀਆ ਘੱਟ ਐਕਟਿਵ ਸੀਗਾ ਅੱਜ ਤੋਂ ਤੁਹਾਨੂੰ ਵੀ ਪਤਾ 15 ਸਾਲ ਪਹਿਲਾਂ ਕਾ ਐਕਟਿਵ ਸੀਗਾ ਤੇ ਉਦੋਂ ਵੀ ਮੇਰੇ ਕਾਫੀ ਗਾਣੇ ਟਰੈਕਟਰਾਂ ਟ੍ਰੈਲੀਆਂ ਤੇ ਵੱਜਣੇ ਵਧੀਆ ਫੀਲ ਹੋਣਾ ਤੇ ਪਰ ਹੁਣ ਥੋੜਾ ਮਾਹੌਲ ਚੇਂਜ ਹੋ ਗਿਆ ਮੈਨੂੰ ਵੀ ਸਮਝ ਨਹੀਂ ਆਉਂਦਾ ਜੀ ਅੱਛਾ 10 ਸਾਲ ਨੂੰ ਤੁਸੀਂ ਇੰਡਸਟਰੀ ਨੂੰ ਇਵੋਲਵ ਹੁੰਦੇ ਦੇਖਿਆ ਚੰਗੀ ਤਰ੍ਹਾਂ ਇਵੋਲਵ ਹੋਈਏ ਕਿ ਬੁਰੀ ਤਰ੍ਹਾਂ ਇਵੋਲਵ ਹੋਈਏ ਮੇਰੇ ਹਿਸਾਬ ਨਾਲ ਤਾਂ ਜੀ ਬੁਰੀ ਤਰ੍ਹਾਂ ਹੀ ਹੋਈ ਆ ਮੇਰਾ ਬੜੇ ਨਾਮੀ ਗ੍ਰਾਮੀ ਬੜੇ ਸਟਾਰ ਲੋਕਾਂ ਦੇ ਨਾਲ ਬਹਿਣਾ ਉੱਠਣਾ ਰਿਹਾ ਪਹਿਲੇ ਦਿਨ ਤੋਂ ਹੀ ਮੈਂ ਸ਼ੁਰੂਆਤ ਮਿਜਿਸ਼ੀਨ ਤੋਂ ਕੀਤੀ ਸੀ ਤੇ ਬੜੇ ਚੰਗੇ ਸਰੀਲੇ ਬੰਦਿਆਂ ਦੇ ਨਾਲ ਬੜੇ ਸਰੀਲੇ ਉਸਤਾਦ ਲੋਕਾਂ ਦੇ ਨਾਲ ਬਹਿਣਾ ਉੱਠਣਾ ਰਿਹਾ ਆ ਪਰ ਕਿਤੇ ਨਾ ਕਿਤੇ ਇਹ ਇੰਡਸਟਰੀ ਦੇ ਵਿੱਚ ਹੁਣ ਜ਼ਿਆਦਾਤਰ ਜਿਹਦੇ ਕੋਲ ਪੈਸੇ ਆ ਜਾਂ ਥੋੜੇ ਮੋٹے ਪੈਸੇ ਲਾ ਦਿੰਦਾ ਵੀਡੀਓ ਅੱਛਾ ਕਰ ਦਿੰਦਾ ਥੋੜਾ 뮤직 ਬਣ ਜਾਂਦਾ ਤੇ ਉਹਦਾ ਨਾਂ ਆ ਤੇ ਅਦਰਵਾਇਜ਼ ਕਲਾ ਥੋੜੀ ਘਟਦੀ ਜਾਂਦੀ ਆ ਕੋਈ ਐਡੀ ਕੋਈ ਵੈਲਿਊ ਨਹੀਂ ਰਹੀ ਉਸਤਾਦ ਲੋਕ ਕਾਫੀ ਨੇ ਸਰੀਲੇ ਲੋਕ ਮੈਂ ਕਹਿਣਾ ਨਹੀਂ ਚਾਹਨਾ ਮਤਲਬ ਰੋਟੀ ਤੋਂ ਆਵਾਜ਼ ਆ ਰਹਾ ਜੀ ਬਿਲਕੁਲ ਜੀ ਤਾਂ ਅੱਜ ਕੱਲ ਜਿਹੜੇ ਜ਼ਿਆਦਾ ਪੈਸੇ ਲਗਾ ਦੇਣ ਉਹਦੀ ਵੈਲਿਊ ਹੈ ਜੋ ਪੈਸੇ ਨਹੀਂ ਲਗਾ ਰਿਆ ਉਹ ਬਿਲਕੁਲ ਖਤਮ ਹੋ ਜਾਂਦਾ ਤੁਹਾਨੂੰ 10 ਸਾਲ ਹੋ ਗਏ ਕਈ ਵਾਰ ਐਦਾਂ ਹੋਇਆ ਕਿਸੇ ਨੇ ਧੋਖਾ ਦਿੱਤਾ ਹੈ ਹਾਂ ਜੀ ਧੋਖਾ ਮੇਰੇ ਇੱਕ ਦੋ ਇੰਟਰਵਿਊਜ਼ ਹੈ ਗੀਆਂ ਉਹਨਾਂ ਵਿੱਚ ਵੀ ਮੈਂ 5 ਸਾਲ ਮੇਰਾ ਐਗਰੀਮੈਂਟ ਸੀ ਕਿਸੇ ਦੇ ਨਾਲ ਕੰਪਨੀ ਦੇ ਨਾਲ ਤੇ 5 ਸਾਲ ਦਾ ਉਹਨਾਂ ਨੇ 7 ਸਾਲ ਮਤਲਬ ਮੈਨੂੰ ਉਹਨਾਂ ਨੇ ਕਹ ਲਓ ਕਿ ਯੂਜ਼ ਹੀ ਕੀਤਾ ਇੱਕ ਹਿਸਾਬ ਦਾ ਨਾ ਕੰਮ ਤਾਂ ਮੇਰਾ ਖੈਰ ਕੋਈ ਕੀਤਾ ਨਹੀਂ ਮੇਰੇ ਕਾਫੀ ਵੱਡੇ ਪ੍ਰੋਜੈਕਟ ਅ ਵੱਡੇ 뮤직 ਡਾਇਰੈਕਟਰ ਜਿਨ੍ਹਾਂ ਤੋਂ ਕਾਫੀ ਰਿਲੀਜ਼ ਹੋਣ ਤੋਂ ਹੀ ਰਹਿ ਗਏ ਬਣੇ ਸਿਰਫ ਇੱਕ ਉਹ ਜੋ ਮੈਨੂੰ ਕਹਿੰਦੇ ਸੀ ਤੁਸੀਂ ਇਦਾਂ ਕਰੋ ਜੋ ਮੇਰਾ ਜ਼ਮੀਰ ਨਹੀਂ ਮੰਨਦਾ ਸੀ ਕਿਉਂਕਿ ਮੈਂ ਪਹਿਲਾਂ ਤੋਂ ਲਿਖਣਾ ਸਟਾਰਟ ਕੀਤਾ ਜਾਂ ਮੈਨੂੰ ਚੰਗੀਆਂ ਚੀਜ਼ਾਂ ਹੀ ਗਾਉਣ ਦਾ ਜਾਂ ਸੁਣਨ ਦਾ ਸ਼ੌਂਕ ਸੀ ਕਿਤੇ ਨਾ ਕਿਤੇ ਕੁਝ ਗਾਇਆ ਵੀ ਆ ਮੈਂ ਮਜਬੂਰੀਆਂ ਕਰਕੇ ਗਾ ਦਿੱਤਾ ਪੈਸੇ ਹੀ ਕਰਕੇ ਨਾ ਕਾਫੀ ਕੁਝ ਮੈਂ ਇਦਾਂ ਦਾ ਅਪਰੋਚ ਕੇ ਦਿੱਤਾ ਆ ਆਡੀਅנס ਨੂੰ ਪਰ ਕਿਸੇ ਦੇ ਮੈਂ ਆਪਣੇ ਕਦ ਤੋਂ ਵੱਡਾ ਆਪਣੇ ਕਦ ਤੋਂ ਜ਼ਿਆਦਾ ਉੱਚੇ ਲੈਵਲ ਦੀਆਂ ਗੱਲਾਂ ਕਰ ਕਰਕੇ ਨਾ ਮਤਲਬ ਪਰ ਕਿਸੇ ਦੇ ਸਮਝ ਨਹੀਂ ਆਇਆ ਕਾਫੀ ਕੋਸ਼ਿਸ਼ ਕੀਤੀ ਪਰ ਮੈਨੂੰ ਵੀ ਇਦਾਂ ਲੱਗਦਾ ਸੀ ਵੀ ਮੈਂ ਚੰਗਾ ਗਾਊਂਗਾ ਸ਼ਾਇਦ ਮੇਰੀ ਕੋਈ ਵੱਖਰੀ ਪਛਾਣ ਬਣੂਗੀ ਪਰ ਨਹੀਂ ਇਹ ਮੇਰੀ ਗਲਤ ਸੋਚ ਸੀ ਇਹ ਗਲਤੀ ਫਿਰ ਆਡੀਅנס ਦੀ ਹੈ ਉਹੀ ਲੋਕਾਂ ਦੀ ਜੋ ਅੱਜ ਇਹ ਵੀ ਇੰਟਰਵਿਊ ਸੁਣ ਰਹੇ ਔਰ ਗੰਦੇ ਕਮੈਂਟਸ ਕਰ ਦਿੰਦੇ ਆ ਇੰਟਰਵਿਊਸ ਤੇ ਜਾਂ ਫਿਰ ਗਾਣਿਆਂ ਤੇ ਬਾਅਦ ਚ ਸੁਣਦੇ ਵੀ ਉਹੀ ਗਾਣੇ ਬਿਲਕੁਲ ਜੀ ਕਿਤੇ ਨਾ ਕਿਤੇ ਇਹਦੇ ਵਿੱਚ ਆਡੀਅנס ਵੀ ਹੱਕਦਾਰ ਆ ਦੇਖੋ ਤੁਸੀਂ ਮੈਂ ਮੇਰਾ ਇੱਕ ਲਾਈਵ ਮੈਂ ਜਨਾਬ ਐਸਐਮ ਸਾਦਕ ਸਾਹਿਬ ਉਹਨਾਂ ਨੂੰ ਗਾਇਆ ਕਾਲਾ ਮਖਸੂਸਪੁਰੀ ਜੀ ਬੜੇ ਅੱਛੇ ਰਾਈਟਰ ਸੂਝਵਾਨ ਰਾਈਟਰ ਜਿਹੜੇ ਗੀਤਕਾਰ ਹਨਾ ਤੇ ਉਹਨਾਂ ਦੇ ਨਾਲ ਕੰਮ ਕੀਤਾ ਬੜੀਆਂ ਚੰਗੀਆਂ ਦੇਖੋ ਜਿੱਦਾਂ ਮੈਂ ਕਰੋ ਨਮਾਜ਼ਾਂ ਭਾਵੇਂ ਬਾਣੀ ਪੜਿਆ ਕਰੋ ਪਰ ਭੀੜ ਪੈਣ ਤੇ ਇੱਕ ਦੂਜੇ ਲਈ ਖੜਿਆ ਕਰੋ ਨਾ ਫੁੱਲਾਂ ਦੀ ਥਾ ਹੱਥਾਂ ਵਿੱਚ ਤਲਵਾਰ ਫੜੋ ਨਾ ਵੰਡੋ ਧਰਮਾਂ ਨੂੰ ਸਭ ਧਰਮਾਂ ਦਾ ਸਤਿਕਾਰ ਕਰੋ ਨਾ ਵੰਡੋ ਧਰਮਾਂ ਨੂੰ ਹੁਣ ਇਹ ਗੱਲਾਂ ਨਹੀਂ ਕਿਸੇ ਦੇ ਸਮਝ ਆਉਂਦੀਆਂ ਮੈਂ ਕੀ ਕਰਾਂ ਅ ਮੈਂ ਅੱਲਾ ਨੂੰ ਮਨਾਵਾ ਮੱਥੇ ਤਿਲਕ ਲਗਾ ਕੇ ਹੋਕਾ ਸਾਈ ਸਾਈ ਲਾਵਾ ਸਿਰ ਦਸਤਾਰ ਨੂੰ ਸਜਾ ਕੇ ਦੀਵੇ ਐਤ ਕੀ ਦੀਵਾਲੀ ਲਾਈ ਜਾਣੇ ਮਸੀਤਾਂ ਮੰਨੇ ਹਿੰਦੂ ਘਰੇ ਈਦ ਹੋ ਜਾਣ ਇਹ ਰੀਤਾਂ ਮਤਲਬ ਮੈਂ ਕੀ ਕਰਾਂ ਜੇ ਹੁਣ ਮੈਂ ਇਦਾਂ ਦਾ ਲਿਖਦਾ ਆ ਜਾਂ ਮੇਰੀ ਹੌਬੀ ਆ ਜਾਂ ਮੈਨੂੰ ਚੰਗਾ ਲੱਗਦਾ ਪਰ ਕੋਈ ਸੁਣੀ ਨਹੀਂ ਰਿਹਾ ਮੈਂ ਕੀ ਕਰਾਂ ਹਨਾ ਮੈਂ ਇਹੀਆਂ ਚੀਜ਼ਾਂ ਨੂੰ ਘੱਟ ਸੁਣਦੇ ਜੀ ਜੀ ਬਿਲਕੁਲ ਮਾਂ ਦੀ ਗੱਲ ਕੀਤੀ ਆ ਨਾ ਸੂਰਜ ਨਾ ਚੰਨ ਤਾਰੇ ਨਾ ਕੁੱਲੀਆਂ ਨਾ ਮਹਿਲ ਮਨਾਰੇ ਨਾ ਧੁੱਪ ਹੋਣੀ ਸੀ ਨਾ ਛਾਂ ਆ ਜਾਤ ਬੰਦੇ ਦੀ ਲੱਭਣੀ ਨਹੀਂ ਸੀ ਜੇ ਨਾ ਹੁੰਦੀ ਮਾਂ ਅੱਲਾ ਰਾਮ ਰਹੀਮ ਵਾਹਿਗੁਰੂ ਮਾਂ ਦੀ ਗੋਦ 'ਚ ਖੇਡੇ ਜੇ ਇਹਨਾਂ ਦੀ ਮਾਂ ਨਾ ਹੁੰਦੀ ਤਾਂ ਸੱਚੀ ਰੱਬ ਵੀ ਖਾਂਦਾ ਠੇਡੇ ਆ ਜਦ ਤੱਕ ਰਹਿਣੀ ਦੁਨੀਆ ਰਹਿਣਾ ਮਾਂ ਤੇ ਰੱਬ ਦਾ ਨਾਂ ਆਜ਼ਾਦ ਬੰਦੇ ਦੀ ਲੱਭਣੀ ਨਹੀਂ ਸੀ ਜੇ ਨਾ ਹੁੰਦੀ ਮਾਂ ਵਾ ਵਾ ਕੀ ਬਾਤ ਹੈ ਮਤਲਬ ਔਰ ਇਹ ਗੱਲਾ ਆਪਾਂ ਕਹਿ ਵੀ ਦਿੰਦੇ ਆ ਕਿ ਸੁਣਨੀਆਂ ਵੀ ਚਾਹੀਦੀਆਂ ਪਰ ਫਿਰ ਕੋਈ ਸੁਂਦਾ ਵੀ ਨਹੀਂ ਇਹ ਟਰੈਜੇਡੀ ਹੈ ਟਰੈਜੇਡੀ ਇੰਡਸਟਰੀ ਦੀ ਟਰੈਜੇਡੀ ਹੈ ਸੋਸ਼ਲ ਮੀਡੀਆ ਦੀ ਕਿਤੇ ਹਥਿਆਰਾਂ ਵਾਲਾ ਗਾਣਾ ਹੁੰਦਾ ਕੁੜੀ ਨੂੰ ਕੁਛ ਆ کیا ਹੁੰਦਾ ਗਾਣੇ ਦੇ ਵਿੱਚ ਜਾਂ ਬੰਦੂਕਾਂ ਦੀ ਗੱਲ ਹੁੰਦੀ ਤਾਂ ਅੱਛਾ ਹੈ ਪਪੂਲਰ ਹੁੰਦਾ ਹਾਂ ਮੈਂ ਕੋਸ਼ਿਸ਼ ਕੀਤੀ ਆ ਬੜੀ ਹਾਸੇ ਵਾਲੀ ਗੱਲ ਆ ਤੇ ਮੈਂ ਕੋਸ਼ਿਸ਼ ਵੀ ਕੀਤੀ ਆ ਪਰ ਰੱਬ ਜਾਣੇ ਹੁਣ ਵੀ ਮੇਰੇ ਪ੍ਰੋਜੈਕਟ ਆ ਰਹੇ ਆ ਬਲੱਡੀ ਬੀਟ ਮੇਰੇ ਜਿਨ੍ਹਾਂ ਨੇ ਜਿਨ੍ਹਾਂ ਤੋਂ ਮੇਰੇ ਪ੍ਰੋਜੈਕਟ ਆ ਰਹੇ ਆ ਉਹ ਮੈਨੂੰ ਕਰ ਰਹੇ ਪ੍ਰੋਡਿਊਸ ਕਰ ਰਹੇ ਆ ਬਲੱਡੀ ਬੀਟ ਅਮਰ ਦਾ 뮤직 ਮਿਰਰ ਮੇਰੇ ਵੱਡੇ ਵੀ ਲੋਕੀ ਫੋਰਸ ਕਰਦੇ ਆ ਲੋਕੀ ਤੁਹਾਨੂੰ ਫੋਰਸ ਕਰੇ ਕਿ ਤੁਸੀਂ ਗਲਤ ਕਰੋ ਦੇਖੋ ਜੀ ਮੈਂ ਸੱਚੀ ਦੱਸਦਾ ਮੈਂ ਅੱਕ ਕੇ ਮੈਂ 6-7 ਸਾਲ ਹੋ ਗਏ ਬੜਾ ਲੰਬਾ ਸਮਾਂ ਮੈਂ ਮਾਫੀ ਚਾਹਉਨਾ ਬਹੁਤ ਰੱਬ ਰੱਬ ਕੀਤਾ ਨਾ ਮਤਲਬ ਮੈਂ ਇਦਾਂ ਦੇ ਆਪ ਸ਼ਬਦ ਗਾਏ ਆ ਜਿਹੜੇ ਮਤਲਬ ਸਕੂਨ ਦਿੰਦੇ ਆ ਸੁਣਨ ਨੂੰ ਸਕੂਨ ਦਿੰਦੇ ਆ ਤੁਸੀਂ ਵੀ ਸੁਣਿਓ ਜੇ ਸੁਣੇ ਆ ਤਾਂ ਤੇ ਸਕੂਨ ਦਿੰਦੇ ਆ ਪਰ ਉਹ ਕਿਤੇ ਨਾ ਕਿਤੇ ਉਹ ਜਿਨ੍ਹਾਂ ਨੂੰ ਸਕੂਨ ਆਉਂਦਾ ਸ਼ਾਇਦ ਆਉਂਦਾ ਪਰ ਮੈਨੂੰ ਤਾਂ ਮੈਨੂੰ ਇਦਾਂ ਲੱਗਦਾ ਵੀ ਮੈਂ ਹੋਰ ਉਲਝ ਗਿਆ ਸਮਝ ਨਹੀਂ ਮੈਨੂੰ ਹਾਲੇ ਤੱਕ ਨਹੀਂ ਆਈ ਪਰ ਹੁਣ ਮੈਂ ਕੋਸ਼ਿਸ਼ ਕਰਨ ਲੱਗਾ ਆ ਵੀ ਮੈਂ ਜੋ ਆਡੀਅנס ਸੁਣਨਾ ਚਾਹੁੰਦੀ ਆ ਉਹਨਾਂ ਨੂੰ ਉਹੀ ਸੁਣਾਇਆ ਜਾਊਂਗਾ ਕੀ ਕਰ ਸਕਦੇ ਆ ਬਟ ਦੇਖ ਗੱਲ ਵੀ ਕਰੀਏ ਤੁਹਾਡੇ ਇੰਟਰਵਿਊਜ਼ ਵਿੱਚ ਮੈਂ ਸੁਨਿਆ ਤਾਂ ਗਾਇਕੀ ਦੇ ਵਿੱਚ ਆਉਣ ਦਾ ਸਬਬ ਬਣਿਆ ਕਿਉਂਕਿ ਤੁਸੀਂ ਬਾਹਰ ਗਈ ਸੀ ਵਾਪਸ ਆਏ ਫਿਰ ਅ ਸਿੱਖਣੀ ਸਿੱਖਣ ਦੀ ਸ਼ੁਰੂਆਤ ਕੀਤੀ ਵੈਸੇ ਕੋਈ ਸ਼ੌਂਕ ਨਹੀਂ ਸੀਗਾ ਬਚਪਨ ਤੋਂ ਹਾਂਜੀ ਬਿਲਕੁਲ ਮੈਨੂੰ ਲਿਖਣ ਦਾ ਥੋੜਾ ਸ਼ੌਂਕ ਸੀ ਤੇ ਉਹਦੇ ਤੋਂ ਬਾਅਦ ਦੇਖੋ ਹਰ ਇੱਕ ਪੇਰੈਂਟਸ ਚਾਹੁੰਦਾ ਹੈ ਵੀ ਉਹਨਾਂ ਦਾ ਬੱਚਾ ਸੈੱਟ ਹੋ ਜਾਵੇ ਪੜਿਆ-ਪੜਿਆ ਤਾਂ ਮੈਂ ਬੜਾ ਖਾਸਾ ਹੈ ਨਹੀਂਗਾ ਤੇ ਸਾਰੇ ਮਾਪਿਆਂ ਦਾ ਹੁੰਦਾ ਸੁਪਨਾ ਵੀ ਸਾਡਾ ਬੱਚਾ ਸੈੱਟ ਹੋ ਜਾਵੇ ਤੇ ਉਹਦੇ ਲਈ ਮੈਂ ਵੀ ਅਸੀਂ ਵੀ ਟਰਾਈ ਕੀਤਾ ਕਿਸੇ ਏਜੰਟ ਦੇ ਚੱਕਰ 'ਚ ਫਸ ਗਏ ਹਾਂ ਤੇ ਮੈਂ ਤੇ ਮੇਰਾ ਫਰੈਂਡ ਸੀ ਅਸੀਂ ਜਿੱਦਾਂ ਵੀ ਉਹਨਾਂ ਨੇ ਗਾਈਡ ਕੀਤਾ ਵੀ ਤੁਸੀਂ ਤੁਹਾਨੂੰ ਇੱਥੋਂ ਲੈ ਕੇ ਮਲੇਸ਼ੀਆ ਤੋਂ ਤੁਹਾਨੂੰ ਉੱਧਰ ਡੋਂਕੀ ਕਿ ਕਿ ਕਦੋਂ ਦਾ ਐਪੀਸੋਡ ਹੈ ਕਦੋਂ ਤੁਸੀਂ ਬਾਹਰ ਜਾਂਦੇ ਹੋ ਔਰ ਕੀ ਕੀ ਵਾਪਰਦਾ ਕਿਉਂਕਿ ਅਸੀਂ ਦੇਖਦੇ ਹਾਂ ਲਗਾਤਾਰ ਹਾਲਾਕਿ ਬਹੁਤ ਪੁਰਾਣੀ ਘਟਨਾ ਹੈ ਤੁਹਾਡੀ ਬਟ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਡੋਂਕੀ ਲਗਾ ਕੇ ਲੋਕ ਬਾਹਰ ਜਾਂਦੇ ਉਸ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਕਿ ਘਰ ਵਾਪਸ ਮੁੜਨਾ ਹੈ ਨਹੀਂ ਮੁੜਨਾ ਹੈ ਜੈਂਟਾ ਨੂੰ ਪੈਸੇ ਦੇ ਕੇ ਠੱਗੇ ਜਾਂਦੇ ਐ ਉਸ ਤੋਂ ਬਾਅਦ ਇਹ ਵੀ ਨਹੀਂ ਪਤਾ ਕਿ ਮੌਤ ਉਡੀਕ ਰਹੀ ਹੈ ਜਾਂ ਘਰ ਉਡੀਕ ਰਿਹਾ ਵਾਪਸ ਜਾਣਾ ਹੈ ਜਾਂ ਉੱਥੇ ਹੀ ਰਹਿ ਜਾਣਾ ਹੈ ਹਾਂ ਦੇ वैसे ही गल मैं मैनु बड़े अफसोस ना कहनी पड़ रही है क्योंकि जी ਸਾਡੇ ਪੰਜਾਬ ਦੇ ਵਿੱਚ ਮੰਨ ਲਓ ਨਾ ਸਾਡਾ ਪੰਜਾਬ ਦਾ ਕਹਿ ਲਓ ਕਾਰੋਬਾਰ ਜਾਂ ਗਰਾਊਂਡ ਲੈਵਲ ਇੰਨਾ ਕਿ ਮਤਲਬ ਸਟਰੋਂਗ ਹੋਵੇ ਮਤਲਬ ਕਿਸੇ ਨੂੰ ਜਾਣਾ ਨਾ ਪਵੇ ਮੈਨੂੰ ਤਾਂ ਇਹ ਇਦਾਂ ਫੀਲ ਹੁੰਦਾ ਨਾ ਜੇ ਹੁਣ ਇੱਥੇ ਸਾਡਾ ਕੰਮ ਇੰਨਾ ਵਧੀਆ ਆ ਦੇਖੋ ਕੋਈ ਕਿਸਾਨ ਆ ਉਹ ਵੀ ਡਿਪਰੈਸ਼ਨ ਚ ਬਿਜ਼ਨਸਮੈਨ ਆ ਉਹ ਵੀ ਡਿਪਰੈਸ਼ਨ ਚ ਗੋਣੇ ਵਾਲਾ ਆ ਉਹ ਵੀ ਡਿਪਰੈਸ਼ਨ ਚ ਕੋਈ ਡਾਂਸ ਕਰਨੇ ਵਾਲਾ ਉਹ ਵੀ ਡਿਪਰੈਸ਼ਨ ਚ ਜਿਹੜਾ ਕੋਈ ਰੇੜੀ ਲਾਉਂਦਾ ਉਹ ਵੀ ਡਿਪਰੈਸ਼ਨ ਚ ਤੇ ਭਾਈ ਸਾਰੀ ਦੁਨੀਆ ਡਿਪਰੈਸ਼ਨ ਚ ਹੈ ਸਰਕਾਰਾਂ ਨੂੰ ਚਾਹੀਦਾ ਕੋਈ ਇੱਥੇ ਕਾਰੋਬਾਰ ਦਿਓ ਖੋਲ ਕੇ ਨਾ ਤੇ ਜਾਣਾ ਨਹੀਂ ਪਵੇ ਕਿਸੇ ਨੂੰ ਬਾਹਰ ਪਰ ਇਹ ਜਿਹੜੇ ਏਜੰਟ ਆ ਇਹ ਦੀ ਇਹ ਤਾਂ ਮਤਲਬ ਪਤਾ ਨਹੀਂ ਇੱਕੋ ਇੱਕ ਚੀਜ਼ ਬਣਾਈਆਂ ਲੱਗਦਾ ਰੱਬ ਨੇ ਨਾ ਉਹ ਗੱਲਾਂ ਦੇ ਹਿਸਾਬ ਨਾਲ ਲੈਂਦੇ ਵੇ ਉਹ ਰੱਤ ਤੁਸੀਂ ਡਾਂਕੀ ਦੇ ਥਰੂ ਜਾਂਦਾ ਤਰੀਕਾ ਕਿਉਂ ਚੁਣਿਆ ਸੀ ਅ ਦੇਖੋ ਮੈਡਮ ਮੈਂ ਉਦੋਂ ਸਿਗਾ ਤਾਂ ਮੈਂ 10th ਤੋਂ ਆਪਣਾ एग्जाम ਦਿੱਤਾ ਜੋ ਵੀ ਕਰਕੇ ਹਨਾ ਤੇ ਮੈਨੂੰ ਤਾਂ ਇਹ ਸੀ ਵੀ ਮੈਂ ਚਲੇ ਜਾਣਾ ਜਰਮਨ ਉੱਥੇ ਜਾ ਕੇ ਇਦਾਂ ਹੋਊਗਾ ਇਦਾਂ ਨਾ ਉਹ ਤਾਂ ਇੱਕ ਖਿਆਲੀ ਦੁਨੀਆ ਸੀਗੀ ਵੀ ਵਧੀਆ ਲੱਗਦੀ ਆ ਤਾਂ ਜਾਣਾ ਜਿੱਦਾਂ ਮਰਜ਼ੀ ਪਵੇ ਹਨਾ ਬੰਦਾ ਦੇਖੋ ਮੈਂ ਰਾ ਯੂਜ਼ ਕਰ ਹੀ ਲੈਂਦਾ ਐ ਵੀ ਜਿੱਦਾਂ ਜਾਣਾ ਨਹੀਂ ਜਾਣਾ 5-7 ਦਾ 10 ਦਿਨ ਮਹੀਨਾ ਤੰਗੀ ਹੋਊਗੀ ਛੱਡ ਲਾਂਗੇ ਹਨਾ ਤੇ ਪਰ ਏਜੰਟ ਨੇ ਤਾਂ ਬਾਲਾ ਹੀ ਸਾਡੇ ਨਾਲ ਡੱਡ ਹਗਾਮ ਕੀਤਾ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਰਨਾ ਕੀ ਜੀ ਸਾਨੂੰ ਦੱਸਿਆ ਕੁਛ ਅਸੀਂ ਤਾਂ 15 ਤੋਂ 20 ਦਿਨ ਤੱਕ ਅਸੀਂ ਜੰਗਲ 'ਚ ਫਸੇ ਫੁਸੇ ਰਹੇ ਹਾਂ ਨਾ ਤੇ ਮੈਂ ਤੇ ਮੇਰੇ ਨਾਲ ਇੱਕ ਫਰੈਂਡ ਸੀ ਮੇਰਾ ਦੀਪਾ ਤੇ ਅਸੀਂ ਉੱਥੇ ਵੀ ਚੰਗਾ ਜਿਆਦਾ ੱਟਕੇ ੱਟਕੇ ਖਾਦੇ 15-20 ਦਿਨ ਬਾਅਦ ਹੀ ਪਾਣੀ ਨਸੀਬ ਹੋਇਆ ਮਤਲਬ ਮੈਂ ਅਸੀਂ ਤਾਂ ਅੱਧੇ ਹੋ ਗਏ ਸੁੱਕ ਕੇ ਹਾਂ ਨਾ ਮੇਰੇ ਨਾਲ ਦਾ ਮੁੰਡਾ ਵੀ ਸੀ ਤੇ ਉਹ ਥੋੜਾ ਸਟਰੋਂਗ ਸੀ ਫਾਈਨੈਂਸ਼ੀਅਲ ਵੀ ਸਟਰੋਂਗ ਸੀ ਮੈਂ ਠੀਕ ਸੀਗਾ ਮਤਲਬ ਜੋ ਵੀ ਆ ਤੇ ਪਰ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਤਾਂ ਇਦਾਂ ਲੱਗਿਆ ਜਦੋਂ ਮੈਂ ਇਥੋਂ ਪਿੰਡੋਂ ਤੁਰਿਆ ਵੀ ਮੈਂ ਹੁਣ ਪਹੁੰਚ ਜਾਣਾ ਜਰਮਨ ਹਨਾ ਉਹ ਤਾਂ ਫਿਰ ਉੱਥੇ ਜਾ ਕੇ ਪਤਾ ਲੱਗਾ ਵੀ ਕਿਹੜੇ ਭਾਵੀ ਕੀ ਆ ਜੀ ਕਿਸ ਤਰ੍ਹਾਂ ਤੁਹਾਨੂੰ ਲੈ ਕੇ ਜਾਂਦੇ ਉੱਥੇ ਅ ਲੈ ਕੇ ਇੱਥੋਂ ਤਾਂ ਵੈਸੇ ਅਸੀਂ ਇਥੋਂ ਅ ਮੈਂ ਬਾਇਰ ਹੀ ਗਿਆ ਸੀਗਾ ਮਲੇਸ਼ੀਆ ਤੱਕ ਉੱਥੋਂ ਉਹਨਾਂ ਨੇ ਪਤਾ ਨਹੀਂ ਮਤਲਬ ਕਰਨਾ ਹੀ ਉਹਨਾਂ ਨੇ ਖੱਜਲ ਸੀ ਮੈਨੂੰ ਤਾਂ ਇਦਾਂ ਲੱਗਦਾ ਹੁਣ ਫੀਲ ਹੋਇਆ ਬਾਅਦ ਚ ਵੀ ਲਿਆਣਾ ਤਾਂ ਉਹਨਾਂ ਨੇ ਕਿਤੇ ਨਹੀਂ ਸੀਗਾ ਬਸ ਉਹਨਾਂ ਨੇ ਹੈਦੇ ਜੰਗਲਾਂ ਜੰਗਲਾਂ ਜਾਂਚ ਕਮਾ ਕੇ ਮੂਕੇ ਉਹਨਾਂ ਨੇ ਸੀਵੇ ਸ਼ਾਇਦ ਇਹਨਾਂ ਦਾ ਅ ਉਹ ਕੋ ਪੈਰੂਗਾ ਇਹੀ ਹੋਣਾ ਨਾ ਤੇ ਬਸ ਉਹਨਾਂ ਨੇ ਸਾਨੂੰ ਖਰਾਬੀ ਕਰਨਾ ਸੀਗਾ ਉਹਨਾਂ ਨੇ ਕੀਤਾ ਰੱਜ ਕੇ ਜੀ ਕਿੰਨਾ ਟਾਈਮ ਤੁਸੀਂ ਜੰਗਲਾ ਦੇ ਵਿੱਚ ਰਹੇ ਕਿਸ ਤਰ੍ਹਾਂ ਜੰਗਲਾ ਵਿੱਚ ਕਿਵੇਂ ਪਹੁੰਚ ਗਏ ਅ ਜੰਗਲਾਂ ਦੇ ਵਿੱਚ ਮੈਡਮ ਮੈਂ ਹਫ਼ਤਾ ਤੱਕ ਅਸੀਂ ਪੂਰਾ ਰਹੇ ਜੀ ਦਿਨ ਰਾਤ ਨਾ ਕੁਝ ਸੁੱਤੇ ਚੰਗੀ ਤਰ੍ਹਾਂ ਨਾ ਖਾਦਾ ਨਾ ਪੀਤਾ ਪਾਣੀ ਵਗੈਰਾ ਕੁਝ ਨਹੀਂ 2-3 ਦਿਨ ਤਾਂ ਸਾਡੇ ਪਹਿਲੇ ਜਿਹੜੇ ਸੀਗੇ ਸਟਾਰਟਿੰਗ ਦੇ ਉਹ ਲੰਘੇ ਚੰਗੀ ਤਰ੍ਹਾਂ ਜੋ ਸਾਡੇ ਕੋਲ ਅਸੀਂ ਕੈਰੀ ਕੀਤਾ ਸੀ ਸਮਾਨ ਖਾਪੀ ਲਿਆ ਉਹਦੇ ਤੋਂ ਬਾਅਦ ਤੇ ਨਾ ਉਹ ਸਾਨੂੰ ਜਿਹੜਾ ਏਜੰਟ ਸੀ ਉਹ ਮਿਲਿਆ ਤੇ ਨਾ ਹੀ ਉਹਨੇ ਸਾਡੀ ਕੋਈ ਬਾਤ ਪੁੱਛੀ ਨਾ ਉੱਥੇ ਕੋਈ ਫੋਨ ਸੀ ਤੇ ਉਹ ਤਾਂ ਚਲੋ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਮੈਂ ਅੱਜ ਜੀਂਦਾ ਹਾਂ ਤੇ ਫਿਲਹਾਲ ਤਾਂ ਕੋਈ ਆਸ ਨਹੀਂ ਸੀ ਜੀ ਉਸ ਸਮੇਂ ਆਸ ਛੱਡ ਦਿੱਤੀ ਸੀ ਜੀ ਹਾਂ ਜੀ ਬਿਲਕੁਲ ਬਿਲਕੁਲ ਆਸ ਛੱਡੀ ਹੋਈ ਸੀ ਮੈਂ ਵੀ ਛੱਡੀ ਸੀ ਤੇ ਮੇਰੇ ਨਾਲ ਜਿਹੜਾ ਮੇਰਾ ਫਰੈਂਡ ਸੀ ਉਹਨੇ ਤਾਂ ਬਿਲਕੁਲ ਢੇਰੀ ਢਾਈਓ ਸੀ ਆ ਮੈਨੂੰ ਹਾਲੇ ਕਿਤੇ ਨਾ ਕਿਤੇ ਸਗਾ ਵੀ ਕੁਛ ਨਾ ਕੁਛ ਕਰਾਂਗੇ ਜਾਂ ਜਿਆਰ ਪੈਸੇ ਕਮਾਵਾਂਗੇ ਜਾਂ ਇਦਾਂ ਕਰਾਂਗੇ ਥੋੜਾ ਸ਼ੌਂਕ ਸੀਗਾ ਗੱਡੀਆਂ ਗੁੱਡੀਆਂ ਦਾ ਇਦਾਂ ਤੇ ਉਹ ਪੂਰੇ ਕਰਾਂਗੇ ਬਸ ਇਹੀ ਸੀਗਾ ਜੀ ਅੱਛਾ ਜੰਗਲਾ ਵਿੱਚ ਤੁਹਾਨੂੰ ਲੈ ਕੇ ਕਿਸ ਤਰ੍ਹਾਂ ਪਹੁੰਚਦੇ ਹੈ ਕਿਹੜੀ ਕਿੱਥੇ ਤੁਸੀਂ ਪਹੁੰਚਦੇ ਹੋ ਔਰ ਤੁਹਾਨੂੰ ਏਜੰਟ ਕਿਵੇਂ ਇਨਫੋਰਮ ਕਰਦਾ ਕਿ ਤੁਸੀਂ ਇਸ ਦੇ ਬੰਦੇ ਨਾਲ ਜਾਣਾ ਹੈ ਔਰ ਕਿਸ ਤਰੀਕੇ ਨਾਲ ਜਾਣਾ ਹੈ ਦੇਖੋ ਮੈਡਮ ਇਦਾਂ ਆ ਇਹ ਪਿੰਡਾਂ ਦੇ ਵਿੱਚ ਚਲੋ ਹੁਣ ਸਾਰੇ ਐਡਵਾਂਸ ਹੋਏ ਆ ਕਿਤੇ ਨਾ ਕਿਤੇ ਹਾਲੇ ਵੀ ਲੋਕ ਭੋਲੇ ਆ ਹਨਾ ਦੇਖੋ ਤੁਸੀਂ ਕੋਈ ਏਜੰਟ ਆ ਜਾਂ ਕੋਈ ਹੁਣ ਹਾਈਲਾਈਟਸ ਵਾਲੇ ਕਿੰਨੇ ਕਿੰਨੇ ਪੈਸੇ ਲਈ ਜਾਂਦੇ ਕੁਛ ਕਰਦੇ ਨਹੀਂ ਹੈਗੇ ਹਨਾ ਤੇ ਜੋ ਸਪਾਊਸ ਵੀਜ਼ਾ ਹੋਇਆ ਕੁਛ ਹੈ ਕਿ ਸਾਡੇ ਪਿੰਨਾਂ ਵਾਲੇ ਥੋੜੇ ਜਿਹਾ ਦਿਲਦਾਰ ਕਹੋ ਜਾਂ ਭੋਲੇ ਹਨਾ ਛੇਤੀ ਫਸ ਜਾਂਦੇ ਆ ਉਹ ਜਿੱਦਾਂ ਉਹਨਾਂ ਨੇ ਸਾਨੂੰ ਗਾਈਡ ਕੀਤਾ ਲੋ ਵੀ ਭਾਈ ਤੁਸੀਂ ਹਫਤੇ ਬਾਅਦ ਹੀ ਤੁਸੀਂ ਤਾਂ ਜਾ ਪਹੁੰਚਣਾ ਹਨਾ ਤਾਂ ਸਾਨੂੰ ਵੀ ਉਹ ਹਫਤਾ ਸਾਨੂੰ ਦੀਦਾ ਹੀ ਮਰੇ ਉਹ ਸੀ ਵੀ ਉੱਥੇ ਜਾਣਾ ਨਾ ਇੱਕ ਫੋਕਸ ਹੈਗਾ ਵੀ ਉੱਥੇ ਜਾਣਾ ਕੋਈ ਗੱਲ ਨਹੀਂ ਹਫਤੇ ਬਾਅਦ ਦੇਖਾਂਗੇ ਹਨਾ ਤੇ ਸਾਨੂੰ ਵੀ ਹੋਰ ਕੁਛ ਨਹੀਂ ਦੀਦਾ ਸੀ ਇੱਕ ਜਰਮਨ ਜਿਗਾ ਦੀਦਾ ਵੀ ਉੱਥੋਂ ਗਾਂ ਅਮਰੀਕਾ ਲੈ ਜਾਣਗੇ ਕਿੱਦਾਂ ਲੈ ਜਾਣਗੇ ਤੇ ਬੜਾ ਬੈਡ ਐਕਸਪੀਰੀਅੰਸ ਹੀ ਕਿਵੇਂ ਰਿਹਾ ਫਿਰ ਉਹ ਹਫਤਾ ਕਿਵੇਂ ਗੁਜ਼ਾਰੇ ਉੱਥੇ ਹਫਤਾ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਅਸੀਂ ਜਾਗ ਕੇ ਜਾਂ ਸੁੱਤੇ ਤਾਂ ਹੈ ਨਹੀਂ ਕਿ ਨਾ ਕੁਝ ਖਾਣ ਨੂੰ ਸੀ ਨਾ ਪੀਣ ਨੂੰ ਸੀ ਬਸ ਐਦਾਂ ਹੀ ਨੰਗਿਆ ਬਸ ਐਦਾਂ ਕੁਝ ਖਾਸ ਨਹੀਂ ਸੀ ਬੈਡ ਐਕਸਪੀਰੀਅੰਸ ਹੈਗਾ ਮੈਂ ਉਹਦਾ ਯਾਦ ਨਹੀਂ ਕਰਨਾ ਚਾਹੁੰਦਾ ਸੀ ਤੁਸੀਂ ਫਿਰ ਅੱਜ ਮੈਨੂੰ ਯਾਦ ਕਰਾਇਆ ਬੜੇ ਟਾਈਮ ਬਾਅਦ ਜੀ ਉਸ ਤੋਂ ਬਾਅਦ ਫਿਰ ਤੁਹਾਡੀ ਵਾਪਸੀ ਕਿਵੇਂ ਹੋਈ ਉੱਥੇ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਅਮਰੂਦ ਦੇ ਪੱਤੇ ਖਾਂਦੇ ਰਹੇ ਹੋ हां जी बिल्कुल अमरूद ਦੇ ਪੱਤੇ ਵੀ ਖਾਦੇ ਆ ਜੀ ਅਸੀਂ ਤੇ ਉਹ ਇੱਕ ਉੱਥੇ ਨਾ ਜੰਗਲ ਦੇ ਵਿੱਚ ਜਿੱਦਾਂ ਆਪਣੇ ਇਮਲੀ ਵਾਂਗੂ ਕੁਛ ਨਾ ਇਦਾਂ ਦਾ ਕੁਛ ਖੱਟੇ ਮਿੱਠੇ ਜਿਹੇ ਪੱਤੇ ਜਾਂ ਕੁਛ ਇਦਾਂ ਦਾ ਸੀਗਾ ਅਮਰੂਦ ਤਾਂ ਅ ਅਮਰੂਦ ਹੋ ਸਕਦਾ ਪਰ ਮੈਨੂੰ ਇਦਾਂ ਲੱਗਦਾ ਖੱਟੇ ਮਿੱਠੇ ਜਿਹੇ ਕੁਛ ਪੱਤੇ ਸੀ ਅਸੀਂ ਬੜਾ ਟਾਈਮ ਇੱਕ ਦਿਨ ਟੇਸਟ ਕੀਤਾ ਤੇ ਸਾਰੀ ਦਿਹਾੜੀ ਦੇਖੋ ਭੁੱਖੇ ਰਹਿਣਾ ਬੜੀ ਵੱਡੀ ਗੱਲ ਆ ਨਾ ਤੇ ਦੂਜੀ ਗੱਲ ਇਹ ਆ ਵੇ ਤੁਹਾਡੇ ਨਾਲ ਨਹੀਂ ਕੋਈ ਤੇ ਨਾਲ ਨਹੀਂ ਕੋਈ ਦੋ ਜਣੇ ਤੁਸੀਂ ਸਾਨੂੰ ਤਾਂ ਇਹ ਸੀਗਾ ਵੇ ਤੁਹਾਨੂੰ ਅੱਜ ਅੱਜ ਇੱਥੇ ਤੁਸੀਂ ਤੁਹਾਨੂੰ ਹਫਤੇ ਬਾਅਦ ਮੋਰੇ ਬੰਦੇ ਨੇ ਲੈਣ ਆ ਜਾਣਾ ਨਾ ਤਾਂ ਅਸੀਂ ਘੁੰਮਦੇ ਘਮਾਉਂਦੇ ਅਸੀਂ ਜਾਨੀ ਤੱਕੇ ਤੁੱਕੇ ਖਾਂਦੇ ਅਸੀਂ ਆਪੇ ਮਤਲਬ ਸਾਨੂੰ ਜਿੱਧਰੋਂ ਵੀ ਜਾਂਦੇ ਰਹਿਣਾ ਕੋ ਮੋਰੇ ਜਾਂ ਸ਼ਹਿਰ ਸਗਾ ਜਾਂ ਉੱਥੇ ਮੇਬੀ ਪਨਾਗ ਦੇ ਸਾਈਡ ਕੋ ਸ਼ਾਇਦ ਇਦਾਂ ਦਾ ਮੇਬੀ ਮੈਨੂੰ ਲੱਗਦਾ ਜੇ ਪਨਾਗ ਸਗਾ ਜਾਂ ਕੁਝ ਹੋਰ ਇਦਾਂ ਦਾ ਸਗਾ ਜਿਹੜਾ ਸਾਨੂੰ ਉੱਥੇ ਜਾ ਕੇ ਕੋਈ ਬੰਦੇ ਮਿਲੇ ਜਾਂ ਅਸੀਂ ਕੋ ਪਾਣੀ ਪੁਣੀ ਪੀਤਾ ਉੱਥੇ ਰੱਜ ਕੇ ਹਨਾ ਤੇ ਪਾਣੀ ਵੀ ਇੰਨਾ ਜ਼ਿਆਦਾ ਪੀਤਾ ਵੀ ਦੋ ਦਿਨ ਦਾ ਸਾਨੂੰ ਕਹ ਲੋ ਕਿ ਪੇਟ ਹੀ ਸਾਡਾ ਫੁੱਲੇ ਆ ਰਹੇ ਹਨ ਪਾਣੀ ਇੰਨਾ ਕ ਪੀ ਲਿਆ ਪਿਆਸ ਇੰਨੀ ਕ ਲੱਗੀ ਸੀ ਜੀ ਕਿੰਨੇ ਟਾਈਮ ਬਾਅਦ ਪਾਣੀ ਪੀਤਾ ਸੀ ਉਹ ਦ ਅ 4 ਦਿਨ ਪੂਰੇ ਬਾਅਦ ਪਾਣੀ ਪੀਤਾ ਜੀ 4 ਦਿਨ ਪੂਰੇ ਬਾਅਦ ਹਾਂ ਪੂਰੇ 4 ਦਿਨਾਂ ਬਾਅਦ ਪਾਣੀ ਉਸ ਬਾਅਦ ਫਿਰ ਵਾਪਸ ਕਿਵੇਂ ਆਏ ਵਾਪਸ ਫਿਰ ਉੱਥੋਂ ਇੱਥੇ ਪਿੰਡ ਜਿੱਦਾਂ ਵੀ ਫੋਨ ਫਾਨ ਕੀਤਾ ਜੋ ਵੀ ਉੱਥੇ ਉਹ ਮੋਬਾਈਲ ਫੋਨ ਸੀਗਾ ਉਸ ਵਕਤ ਤੁਹਾਡੇ ਨਹੀਂ ਮੋਬਾਈਲ ਤਾਂ ਮੇਰੇ ਕੋਲ ਨਹੀਂ ਸੀਗਾ ਇਦਾਂ ਸੀਗਾ ਉੱਥੇ ਹੁਣ ਦੇਖੋ ਇੱਕ ਖਾਸੀਅਤ ਆ ਪੰਜਾਬੀਆਂ ਦੀ ਆਪਾਂ ਕਿਤੇ ਵੀ ਕੋਈ ਪੰਜਾਬੀ ਬੋਲਦਾ ਤੇ ਬੰਦੇ ਦਾ ਜਾਂ ਮੈਂ ਹੁਣ ਵੀ ਕਿਤੇ ਸ਼ੋਅ ਕਰਨ ਜਾਂਦਾ ਜਾਂ ਬਾਹਰ ਵੀ ਗਿਆ ਨਾ ਤੇ ਬੜਾ ਆਪਣਾਪਨ ਮਹਿਸੂਸ ਹੁੰਦਾ ਜੇ ਕੋਈ ਪੰਜਾਬੀ ਬੋਲੇ ਹਨ ਤੇ ਸਾਨੂੰ ਵੀ ਲੱਗਾ ਵੇ ਇਹ ਬੰਦੇ ਪੰਜਾਬੀ ਅਸੀਂ ਉਹਨਾਂ ਨੂੰ ਥੋੜਾ ਜਿਹਾ ਆਪਣਾ ਦੱਸਿਆ ਵੇ ਭਾਈ ਇੱਦਾਂ-ਇੱਦਾਂ ਕਰਕੇ ਚੱਕਰ ਜਿਹਾ ਪੈ ਗਿਆ ਤੇ ਉਹ ਵੀ ਚਲੋ ਉਹਨਾਂ ਨੇ ਸਾਨੂੰ ਪਾਣੀ ਧਾਣੀ ਜੋ ਵੀ ਖਾਣਾ ਖੁਲਾਇਆ ਤੇ ਬਾਅਦ ਵਿੱਚ ਫਿਰ ਗੱਲ ਕਰਾਈ ਉਹਨਾਂ ਨੇ ਜੀ ਫਿਰ ਤੁਸੀਂ ਏਜੰਟ ਕੋ ਲਾਏ ਵਾਪਿਸ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕੁਝ ਕਿਹਾ ਵਾਪਿਸ ਏਜੰਟ ਨਹੀਂ ਮੈਡਲ ਲੱਭਾ ਉਹ ਤਾਂ ਫੇ ਕਿਤੇ ਚਲਾ ਗਿਆ ਹੋਣਾ ਨਾ ਕਿਤੇ ਟੂ ਟਾਰ ਤੇ ਗਿਆ ਹੋਣਾ ਗੋਆਗਾ ਕੰਮ। ਉਹ ਨਹੀਂ ਸਾਨਾ ਲੱਭਾ ਮੜ ਕੇ। ਔਰ ਕਿੰਨੇ ਪੈਸੇ ਦੀ ਠੱਗੀ ਮਾਰੀ ਉਹਨੇ? ਸਾਡੇ ਨਾਲ ਉਹ ਤੋਂ ਦੋਨਾਂ ਦੇ 17-18 ਲੱਖ ਰੁਪਏ ਹੋਣਾ ਮੇਰੇ। ਔਰ ਅੱਜ ਜੀ ਇੰਨਾ ਲੱਗ ਜੇ ਤਾਂ ਵੀ ਬੰਦਾ ਖਬਰ ਆ ਜਾਂਦਾ 10 ਸਾਲ ਪਹਿਲੇ 17-18 ਲੱਖ ਸੀ। 17-18 ਲੱਖ ਸੀ ਦੋ ਜਣੇ ਸੀਗੇ ਅਸੀਂ ਤੇ ਉਦੋਂ ਬਸ ਹੋ ਗਿਆ ਜੀ ਖਰਾਬ ਉਹ ਹੀ ਹੁਣ ਜੇ ਅੱਜ ਦੀ ਡੇਟ ਦੇ ਵਿੱਚ ਪਰ ਪਤਾ ਨਹੀਂ ਸੀ ਮੈਮ ਵੀ ਮੈਂ ਉਦੋਂ ਰਵੀ ਤੋਂ ਜੋਗੀ ਬਣ ਜਾਣਾ ਜਾਂ ਅਰ ਜੋਗੀ ਬਣ ਜਾਣਾ ਵੀ ਮੈਨੂੰ ਵੀ ਚਾਰ ਬੰਦੇ ਜਾਣਣਗੇ ਨਾ ਵੀ ਮੇਰੇ ਵੀ ਗਾਣੇ ਚੱਲ ਜਾਣੇ ਆ ਤੇ ਪਤਾ ਨਹੀਂ ਸੀ ਪਤਾ ਨਹੀਂ ਜੀ ਬਿਲਕੁਲ ਇਦਾਂ ਵੀ ਹੁੰਦਾ ਹੈ ਕਿ ਰੱਬ ਜੋ ਕਰਦਾ ਉਹ ਚੰਗੇ ਲਈ ਕਰਦਾ ਐਪੀਸੋਡ ਨਾ ਹੁੰਦਾ ਤਾਂ ਸ਼ਾਇਦ ਤੁਸੀਂ ਕਿਤੇ ਹੋਰ ਹੁੰਦੇ ਅੱਜ ਤੁਸੀਂ ਗਾਇਕੀ ਦੇ ਵਿੱਚ ਹਾਂ ਜੀ ਬਿਲਕੁਲ ਬਿਲਕੁਲ ਮੈਂ ਗਾਇਕੀ ਦੇ ਵਿੱਚ ਜਾਂ ਮੈਂ ਮਿਊਜ਼ੀਸ਼ੀਅਨ ਸੀਗਾ ਜੀ ਮਿਊਜ਼ੀਸ਼ੀਅਨ ਬਣ ਕੇ ਕਾਫੀ ਟਾਈਮ ਕੰਮ ਕੀਤਾ ਮੇਰੇ ਮਾਮਾ ਜੀ 우ਸਤਾਦ ਲਾਲਚੰਦ ਜੀ ਉਹ ਚਮਕੀਲੇ ਦੇ ਨਾਲ ਮੰਡਲ ਪਲੇ ਕਰਦੇ ਸੀਗੇ ਨਾ ਮਰਦੰਗ ਤੇ ਉਹਨਾਂ ਦੇ ਨਾਲ ਕਾਫੀ ਸਮਾਂ ਗੁਜ਼ਾਰਿਆ ਮੈਂ ਤੇ ਬੜੇ ਉਸਤਾਦ ਲੋਕ ਬੜੇ ਸੀਨੀਅਰ ਸੀ ਬੜਾ ਨਾਂ ਹੈ ਉਹਨਾਂ ਦਾ ਇੰਡਸਟਰੀ ਦੇ ਵਿੱਚ ਉਹਨਾਂ ਤੋਂ ਕਾਫੀ ਕੁਝ ਸਿੱਖਿਆ ਤੇ ਉਹਦੇ ਤੋਂ ਬਾਅਦ ਸਿੱਖਣ ਤੋਂ ਬਾਅਦ ਹੌਲੀ-ਹੌਲੀ ਥੋੜਾ ਗਾਉਣ ਵਾਲਾ ਰੁਝਾਨ ਹੋ ਗਿਆ ਇੱਕ ਦੋ ਗਾਣੇ ਵੈਸੀ ਮੈਂ ਵਜਾਉਂਦਾ ਵੈਸੀ ਮੈਂ ਮਿਜਿਸ਼ੀਅਨਸ ਅਕਾ ਟੋਲ ਪਲੇ ਕਰਦਾ ਸੀ ਤੇ ਅਸੀਂ ਇੱਕ ਦਿਨ ਐਦਾਂ ਹੀ ਸਵੱਬ ਬਣਿਆ ਸਟੂਡੀਓ ਚ ਲੱਗ ਗਏ ਬੈਠੇ-ਬੈਠੇ ਉਹ ਗਾਣਾ ਉਹਨਾਂ ਨੇ ਡਿਜ਼ਾਈਨ ਕੀਤਾ ਜਸ਼ਨ ਵੜਿਆਲ ਜੀ ਤੇ ਉਹ ਉਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਉਹ ਮੇਰਾ ਸ਼ੁਰੂਆਤੀ ਪਹਿਲਾ ਗਾਣਾ ਸੀਗਾ ਨਾ ਪੰਜਾਬੀ ਹਉ ਦਾ ਰੂਪ ਹੀ ਕੇ ਪਿੰਡ ਵਿੱਚ ਬੱਕਰੇ ਬਲਹੁਣੇ ਹੋ ਜਣੇ ਖਣੇ ਨਾਲ ਵੈਰ ਮਿੱਤਰ ਹੁਕਮਾਉਣੇ ਕੀ ਮਿਲਦਾ ਲੜਾਈਆਂ ਕਰਕੇ ਉਹ ਕੰਮ ਨਾ ਕਰੀਏ ਜਿਹੜਾ ਸਾਰਿਆਂ ਦੀ ਅੱਖ ਵਿੱਚ ਰੜ ਕੇ ਉਹ ਕੰਮ ਨਾ ਕਰੀਏ ਇਹਦੀ ਮੈਂ 10 15 ਸਾਲ ਪਹਿਲਾਂ ਵੀ ਇਦਾਂ ਦਾ ਹੀ ਕੁਝ ਗਾਉਣਾ ਚਾਹੁੰਦਾ ਸੀ ਜੋ ਕੋਈ ਮੈਸੇਜ ਮळे ਜਾ ਚੰਗੀ ਸਿਹਤ ਮਿਲੇ ਪਰ ਉਹ ਮੇਰੇ ਨਾਲ ਹੁਣ ਤੱਕ ਸਾਰਾ ਉਲਟ ਫਲਟ ਹੀ ਹੁੰਦਾ ਆ ਤੇ ਹੁਣ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਵੀ ਮੈਂ ਮੈਂ ਵੀ ਕਿਸੇ ਲੱਕ ਦੀ ਗੱਲ ਕਰਾਂ ਜਾਂ ਕਿਸੇ ਦੀ ਬਾਹ ਦੀ ਗੱਲ ਕਰਾਂ ਜਾਂ ਗਜਰੇ ਦੀ ਗੱਲ ਕਰਾਂ ਜਾਂ ਅੱਖਾਂ ਦੀ ਗੱਲ ਕਰੂੰਗਾ ਸ਼ਾਇਦ ਫਿਰ ਮੈਂ ਸ਼ਾਇਦ ਫਿਰ ਜੀ ਹਾਂ ਜੀ ਉਸ ਤੋਂ ਬਾਅਦ ਫੇਮਸ ਹੋ ਜਾਏਗੀ ਜੀ ਬਿਲਕੁਲ ਵੈਲਕਮ ਫੇਮਸ ਹੋਣ ਨੂੰ ਦੇਖੋ ਫੇਮਸ ਹੋਣ ਨੂੰ ਜੇ ਹੁਣ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਦਿੰਦਾ ਜੀ ਮੇਰੇ ਕੋ ਇਹਨਾਂ ਆਰਟਿਸਟਾਂ ਦੇ ਮੈਸੇਜ ਪਏ ਆ ਜਦੋਂ ਤੁਸੀਂ ਉਹ ਦੇਖਿਆ ਮੇਰਾ ਸਟੋਰੀ ਚੈੱਕ ਕੀਤੀ ਬਾਲੀਵੁੱਡ ਦੇ ਸਟਾਰ ਜਿਨ੍ਹਾਂ ਨੇ ਕਾਫੀਆਂ ਨੇ ਸਟੋਰੀਆਂ ਲਾਈਆਂ ਆ ਗਾ ਗਾ ਕੇ ਉਹ ਫੀਲ ਤਾਂ ਹੁੰਦਾ ਹੋਵੇਗਾ ਕਿ ਮੇਰੇ ਗਾਣੇ ਦੇ ਤੁਸੀਂ ਸਟੋਰੀ ਵੀ ਪਾ ਰਹੇ ਹੋ ਸਭ ਕਰੋ ਥੋੜੇ ਜਿਹਾ ਅਪਰੀਸ਼ੀਏਟ ਹੀ ਕਰ ਦੇ ਨੇ ਇਹ ਖੁੰਗਾਰਾ ਹੀ ਦੇ ਦੇਣ ਕਿ ਦੇਖੋ ਇਸ ਮੁੰਡੇ ਨੇ ਜਾਂ ਇਸ ਗਾਇਕ ਨੇ गाना ਗਾਇਆ ਤਾਂ ਸ਼ਾਇਦ ਤੁਹਾਡਾ ਕਰੀਅਰ ਵੀ ਬੂਸਟ ਹੋ ਜਾਈ ਹਾਂ ਦੇਖੋ ਇਦਾਂ ਹੁੰਦਾ ਹਰ ਇੱਕ ਦੇਖੋ ਕਿਸੇ ਕੋਈ ਸਿੰਗਰ ਆ ਜਾਂ ਕੋਈ ਵੀ ਆ ਉਹਦੇ ਕੋਲ ਜਿੰਨੇ ਮਰਜ਼ੀ ਪੈਸੇ ਆ ਦੌਲਤ ਆ ਜੋ ਵੀ ਸਾਰਾ ਕੁਝ ਆ ਪਰ ਉਹਨੂੰ ਹਮੇਸ਼ਾ ਭੁੱਖ ਕਿਹੜੀ ਚੀਜ਼ ਦੀ ਰਹਿੰਦੀ ਆ ਵੀ ਮੈਂ ਮੈਂ ਫੇਮਸ ਹੋਵਾਂ ਮਨ ਲਓ ਨਾ ਇਹ ਚੀਜ਼ ਇਦਾਂ ਦੀ ਆ ਜਿਹੜੀ ਆਪਾਂ ਪੈਸੇ ਦੇ ਨਾਲ ਨਹੀਂ ਖਰੀਦ ਸਕਦੇ ਹਨਾ ਆਪਾਂ ਕਿਤੇ ਵੀ ਜਾਂਦੇ ਆ ਕਿਤੇ ਮੈਂ ਸ਼ੋਅ ਲਾਉਣ ਜਾਂਦਾ ਮੋਰੇ ਜੇ ਕੋਈ ਕਰੋੜਪਤੀ ਬੰਦਾ ਬੈਠਾ ਆ ਜਾਂ ਲੱਖਾਂਪਤੀ ਬੈਠਾ ਲੋਕ ਉਹਨੂੰ ਛੱਡ ਕੇ ਸਾਡੇ ਨਾਲ ਫੋਟੋਆਂ ਕਰਾਉਂਦੇ ਆ ਨਾ ਉਹ ਬੜੀ ਇੱਕ ਵੱਡੀ ਗੱਲ ਆ ਉਹ ਹਰ ਇੱਕ ਦੇ ਨਾਲ ਨਹੀਂ ਹੁੰਦੀ ਤੇ ਮੈਂ ਜਦੋਂ ਮੈਨੂੰ ਕਿਸੇ ਦੀ ਕਾਲ ਆਈ ਵੇ ਇਦਦਰ ਦਾ ਕਰਕੇ ਤੁਹਾਡਾ ਉਹਨਾਂ ਨੇ ਸਟੋਰੀ ਲਾਈ ਆ ਨਾ ਵੇ ਫਿਰ ਕਾਲ ਆਉਂਦੀ ਆ ਤੇ ਮੈਂ ਕਹਿੰਦਾ ਮੈਂ ਬੈਸਿਕ ਇਗਨੋਰ ਕਰ ਦੇਣਾ ਵੀ ਯਾਰ ਤੁਸੀਂ ਮਜ਼ਾਕ ਕਰਦੇ ਨਾ ਜੋ ਵੀ ਹੈ ਨਾ ਵੀ ਮੇਰੇ ਤੇ ਐਡੇ ਖਾਸ ਫੋਲੋਅਰ ਵੀ ਨਹੀਂ ਹੈਗੇ ਨਾ ਤੇ ਮੇਰੇ ਗਾਣੇ ਚੱਲੇ ਆ ਜਾਂ ਗਾਣੇ ਮੇਰੇ ਚੱਲਦੇ ਵੀ ਆ ਨਾ ਤੇ ਪਰ ਉਹ ਕਿਤੇ ਨਾ ਕਿਤੇ ਮੇਰਾ ਫੇਸ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਜਾਂ ਨਾਂ ਨਹੀਂ ਪਤਾ ਚਲੋ ਖੈਰ ਲੱਗ ਜਾਊਗਾ ਤੁਹਾਡੇ ਚੈਨਲ ਤੇ ਥਰੂ ਹੀ ਲੱਗ ਜਾਵੇ ਅੱਜ ਸਹੀ ਬਿਲਕੁਲ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਇਸ ਸੁਰੀਲੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਈਏ ਜਾਂਦੇ ਜਾਂਦੇ ਤੁਹਾਡਾ ਮਨਪਸੰਦ ਕੋਈ ਵੀ ਗੀਤ ਸੁੰਣਾ ਚਾਹਾਂਗੇ ਮੇਰੇ ਇੱਕ ਮੇਰਾ ਬੜਾ ਦਿਲ ਦੇ ਕਰੀਬ ਆ ਗਾਣਾ ਕਾਫੀ ਉਹਦਾ ਸਾਰੇ ਮੈਨੂੰ ਪਿਆਰੇ ਆ ਤੇ ਉਹਦੀਆਂ ਦੋ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਹੋ ਛੱਲਾ ਮੇਰੇ ਸੱਜਣਾ ਦਾ ਸੱਜਣਾ ਦਾ ਹੋ ਪਾ ਕੇ ਉਂਗਲੀ 'ਚ ਬੰਦ ਕੀਤਾ ਹੋ ਭਲਾ ਹੋਵੇ ਅੱਖੀਆਂ ਦਾ ਜਿਨ੍ਹਾਂ ਸੱਜਣ ਪਸੰਦ ਕੀਤਾ ਹੋ ਭਲਾ ਹੋਵੇ ਅੱਖੀਆਂ ਦਾ ਜਿਨਾ ਸੱਜਣ ਪਸੰਦ ਕੀਤਾ ਹੋ ਛੱਲਾ ਮੇਰੇ ਸੱਜਣਾ ਦਾ ਗੱਲ ਮੁੱਕ ਕੇ ਨਾ ਮੁੱਕੀ ਸੱਜਣਾ ਬੇ ਉਹਦੇ ਨਾਲ ਜੋੜ ਰਿਸ਼ਤਾ ਸੱਲ ਨੇਣਾ ਦੀ ਨਾ ਸੁੱਕੀ ਸੱਜਣਾ ਬੇ ਉਹਦੇ ਨਾਲ ਜੋੜ ਰਿਸ਼ਤਾ ਸੱਲ ਨੇਣਾ ਦੀ ਨਾ ਸੁੱਕੀ ਸੱਜਣਾ ਥੈਂਕ ਯੂ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਬਿਲਕੁਲ ਸਹੀ ਕਹੇ ਤੁਸੀਂ ਕਿ ਕਲਾ ਦੀ ਵੈਲਿਊ ਘਟੋ ਗਈ ਹੈ ਔਰ ਪੈਸੇ ਦੀ ਵੈਲਿਊ ਅੱਜ ਜ਼ਿੰਦਗੀ ਦੇ ਵਿੱਚ ਅੱਜ ਇਸ ਇੰਡਸਟਰੀ ਦੇ ਵਿੱਚ ਅਲੱਗ ਹੋ ਗਏ ਤੁਸੀਂ ਜ਼ਿਕਰ ਵੀ ਕੀਤਾ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਕਈ ਮੈਸੇਜਸ ਆਏ ਹੋਏ ਐ ਉਹਨਾਂ ਆਰਟਿਸਟ ਦੇ ਜੋ ਅੱਜ ਸ਼ਾਇਦ ਤੁਹਾਨੂੰ ਸੁਣਦੇ ਹੋਣ ਪਹਿਲੇ ਤੁਹਾਨੂੰ ਮੈਸੇਜ ਕਰਦੇ ਹੁੰਦੇ ਸੀਗੇ ਕਿ ਸਾਨੂੰ ਪਲੀਜ਼ ਵੀਡੀਓ ਦੇ ਵਿੱਚ ਲੈ ਲਓ ਬਿਲਕੁਲ ਇਹ ਮੇਰੇ ਲਈ ਨਾ ਬੜਾ ਇੱਕ ਮੇਲਾ ਯਾਦਗਾਰ ਪਲ ਕਹ ਲਓ ਜਦੋਂ ਨਾ ਬੜਾ ਮੈਨੂੰ ਚੇਤੇ ਹੀ ਰਹਿੰਦਾ ਆ ਤੇ ਵੇ بڑے ਐਸ ਵੇਲੇ ਐਕਟਰ ਵਾ ਉਹ ਜੋ ਸੀਨੀਅਰ ਸੀਨੀਅਰ ਕਹਿ ਸਕਦਾ ਮੈਂ ਤੇ ਚਲੋ ਉਦਾਂ ਜੂਨੀਅਰ ਹੋਣਗੇ ਮੇਰੇ ਨਾਲ ਐਕਟਰ ਵਾ ਉਹਨਾਂ ਨੂੰ ਲੋਕ ਫਾਲੋ ਕਰਦੇ ਮਿਲੀਅਨਾਂ ਚ ਨਾ ਤੇ ਉਹਨਾਂ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਸੀ ਵੀ ਭਾਜੀ ਸਾਨੂੰ ਗਾਣੇ ਚਲਾ ਲਓ ਕਿਉਂਕਿ ਜਦੋਂ ਮੈਂ ਪਹਿਲਾਂ ਜੈਜੀ ਭਾਜੀ ਉਹਨਾਂ ਨੂੰ ਸੌਂਦੇ ਰਹੇ ਨਾ ਤੇ ਬੈਣੀ ਭਾਜੀ ਉਹਨਾਂ ਦੇ ਨਾਲ ਮੈਨੂੰ ਥੋੜਾ ਸਮਾਂ ਮੈਂ ਉਹਨਾਂ ਦੇ ਨਾਲ ਕੀਤਾ ਨਾ ਤੇ ਬਤਾਇਆ ਸਮਾਂ ਬੜੇ ਚੰਗੇ ਇਨਸਾਨ ਆ ਮੇਰੇ ਲਈ ਲੈਜੈਂਡ ਆ ਨਾ ਤੇ ਉਹਨਾਂ ਨੂੰ ਸੁਣਦੇ ਰਹੇ ਆ ਤੇ ਕੰਮ ਬੜਾ ਮੈਂ ਉਦੋਂ ਹੀ ਮੇਰੇ ਜਿਹੜਾ ਇੱਕ ਦੋ ਗਾਣੇ ਪਹਿਲਾਂ ਸਟਾਰਟਿੰਗ ਦੇ ਵਿੱਚ ਆਏ ਵੀ ਬੜਾ ਸੀ ਡਿਫਰੈਂਟ ਜਿਹਾ ਕੰਮ ਕੀਤਾ ਬੜਾ ਲੋਕਾਂ ਨੂੰ ਇਹ ਲੱਗਾ ਵੀ ਕੀ ਮਤਲਬ ਇਹ ਕਿੱਦਾਂ ਦਾ ਆ ਗਿਆ ਨਾ ਇਹ ਕੀ ਹੈ ਨਾ ਤੇ ਪਹਿਲੇ ਦਿਨ ਤੋਂ ਮਤਲਬ ਵਖਰਾ ਕਰਨ ਦੀ ਕੋਸ਼ਿਸ਼ ਰਹੀ ਆ ਪਰ ਹੁਣ ਨਹੀਂ ਵੈਲਿਊ ਨਹੀਂ ਐਡੀ ਪਈ ਹੈਗੀ ਕੋਸ਼ਿਸ਼ ਆਉਣ ਜ਼ਰੂਰ ਕਰਾਂਗੇ ਕੁਝ ਅੱਛਾ ਪਹਿਲੇ ਉਹ ਤੁਹਾਨੂੰ ਕੰਟੈਕਟ ਕਰਦੇ ਸੀ ਫਿਰ ਤੁਸੀਂ ਕਦੀ ਉਹਨਾਂ ਨੂੰ ਰਿਪਲਾਈ ਬੈਕ ਤਾਂ ਨਹੀਂ ਕੀਤਾ ਨੀ ਦੁਬਾਰਾ ਮੇਰਾ ਰਿਪਲਾਈ ਬੈਕ ਨਹੀਂ ਹੋਇਆ ਬੜੇ ਮੈਨੂੰ ਕਾਫੀ ਮੈਸੇਜ ਆਉਂਦੇ ਰਹੇ ਆ ਬੜੇ ਹੁਣ ਮੈਂ ਨਾ ਨਹੀਂ ਲੈਣਾ ਕੰਟਰੋਵਰਸੀ ਦਾ ਬਣ ਜਾਣਾ ਜਰੀਆ ਜਿਆ ਤੇ ਬੜੇ ਮੈਸੇਜ ਆਉਂਦੇ ਰਹੇ ਪਰ ਦੁਬਾਰਾ ਕਦੇ ਉਹਨਾਂ ਦੇ ਨਾਲ ਇੱਕ ਦੋ ਵਾਰੀ ਮੇਲ ਵੀ ਹੋਇਆ ਪਰ ਮੈਨੂੰ ਲੱਗਾ ਉਹਨਾਂ ਨੇ ਇਗਨੋਰ ਕੀਤਾ ਮੈਨੂੰ ਹਨਾ ਤੇ ਮੈਂ ਕਿਹਾ ਚਲੋ ਖੈਰ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤੇ ਹਾਂ ਬਿਲਕੁਲ ਸਟਾਰ ਬਣ ਗਏ ਨਾ ਕਾਫੀ ਮੇਰੇ ਨਾਲ ਜਦੋਂ ਮੈਂ ਫਸਟ ਟਾਈਮ ਇੰਗਲੈਂਡ ਗਿਆ ਸੀਗਾ ਤੇ ਉਦੋਂ ਵੀ ਮੇਰੇ ਨਾਲ ਮਤਲਬ ਜਿਹੜੇ ਸਟਾਰ ਆ ਹੁਣ ਵੱਡੇ ਆ ਨਾ ਤੇ ਮੇਰੇ ਨਾਲ ਮਤਲਬ ਗਏ ਉਦੋਂ ਟੂਰ ਹੋਇਆ ਨਾ ਤੇ ਉਹ ਵੀ ਪਾਲ ਮੈਨੂੰ ਯਾਦ ਆ ਪਰ ਸ਼ਾਇਦ ਚਲੋ ਸਾਰੇ ਬਿਜ਼ੀ ਹੋਏ ਆ ਹੋ ਸਕਦਾ ਕਿਤਨੇ ਕਿਤੇ ਯਾਦ ਹੋਊਗਾ ਪਰ ਉਹ ਬਿਜ਼ੀ ਹੋਏ ਆ ਜਾਂ ਯਾਦ ਕਰਨਾ ਨਹੀਂ ਚਾਹੁੰਦੇ ਚਲੋ ਉਹਨਾਂ ਨੂੰ ਮਾਲਕ ਕਿਰਪਾ ਕਰੇ ਉਹਨਾਂ ਉਸ ਮਤ ਬਖਸ਼ੇ ਜੀ ਹੋਰ ਕਿਹੜੇ ਪ੍ਰੋਜੈਕਟਸ ਅਗਿਆ ਰਹੇ ਤੁਹਾਡੇ ਅ ਪ੍ਰੋਜੈਕਟ ਮੇਰੇ ਜੀ ਹੁਣ ਸਾਡੇ 5 ਗਾਣੇ ਤਿਆਰ ਹੋ ਗਏ ਆ ਜੀ ਬਲੱਡੀ ਬੀਟ ਤੋਂ ਤੇ ਉਹਨਾਂ ਦੇ ਵੀਡੀਓ ਵੀ ਹੋ ਗਏ ਆ ਦੋਹਾਂ ਦੇ ਹੋ ਗਏ ਤੇ ਬਾਕੀ ਚੱਲ ਰਿਹਾ ਆ ਬੜੀ ਜਲਦੀ ਆ ਤਾਂ ਹੁਣ ਇੱਕ ਇੰਡਸਟਰੀ ਜਿਹੜਾ ਘਾਟਾ ਪਿਆ ਸਿੱਧੂ ਮੂਸੇ ਵਾਲੇ ਵੀਰੇ ਦਾ ਨਾ ਉਹਦੇ ਕਰਕੇ ਅਸੀਂ ਥੋੜਾ ਡਿਲੇ ਕਰ ਦਿੱਤਾ ਨਹੀਂ ਤਾਂ ਮਤਲਬ ਅਸੀਂ ਇਸ ਪਿਛਲੇ ਮਹੀਨੇ ਦੇ ਵਿੱਚੋਂ ਅਸੀਂ ਸਟਾਰਟ ਕਰ ਦੇਣਾ ਸੀ ਜੀ ਜੀ ਅੱਜ ਇੰਡਸਟਰੀ ਵੀ ਇਕੱਠੀ ਹੋਈ ਹੈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਦਿੱਤਾ ਜਾਏ ਹਾਂਜੀ ਦੇਖੋ ਜੀ ਉਹ ਮਤਲਬ ਇਦਾਂ ਦੀ ਇੱਕ ਰੂਹ ਜਾਂ ਲੈਜੈਂਡ ਬੜੇ ਘੱਟ ਲੋਕ ਆਉਂਦੇ ਹਨਾ ਬੜੇ ਘੱਟ ਲੋਕ ਆਉਂਦੇ ਹਨ ਬਹੁਤ ਘੱਟ ਲੋਕ ਆਉਂਦੇ ਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਇਦਾਂ ਦਾ ਕੋਈ ਆਰਟਿਸਟ ਆਊਗਾ ਨਾ ਤੇ ਉਹਨਾਂ ਨੂੰ ਦੇਖ ਕੇ ਜਿੱਦਾਂ ਬੋਲਦੇ ਹੁੰਦੇ ਸੀ ਵੀ ਸਾਡੇ ਨਾਂ ਤੋਂ ਇਦਾਂ ਰੋਟੀ ਚੱਲਦੀ ਹੈ ਜਾਂ ਉਹਨਾਂ ਦਾ ਨਾਂ ਕੰਟਰੋਵਰਸੀ ਕੋਈ ਕਰਦਾ ਉਹਨਾਂ ਦਾ ਨਾਂ ਹੋ ਜਾਂਦਾ ਪਰ ਜੋ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ ਹੋਣਾ ਨਹੀਂ ਚਾਹੀਦਾ ਸੀ ਜੀ ਬਿਲਕੁਲ ਬਿਲਕੁਲ ਤੇ ਹੁਣ ਤਾਂ ਘਰ ਦੇ ਵੀ ਕਈ ਕਈ ਕੀ ਸਾਰਿਆਂ ਦੇ ਡਰਦੇ ਆ ਨਾ ਤੇ ਵੀ ਤੁਸੀਂ ਪਲੀਜ਼ ਇਹ ਕੰਮ ਮੈਨੂੰ ਮੇਰੀ ਬੇਬੇ ਕਹਿ ਦਿੰਦੀ ਨਾਲੇ ਮੈਨੂੰ ਕੋਈ ਜਾਣਦਾ ਹੀ ਨਹੀਂ ਮੇਰੇ ਖਿਆਲ ਚਾਰ ਪਿੰਡਾਂ ਤੋਂ ਬਾਹਰ ਨਹੀਂ ਮੈਨੂੰ ਕੋਈ ਜਾਣ ਦਿੰਦਾ ਤੇ ਮੇਰੀ ਬੇਬੇ ਮੈਨੂੰ ਕਹਿੰਦੀ ਵੇ ਪੁੱਤ ਤੂੰ ਹੋਰ ਕੰਮ ਕਰ ਲਾ ਕੋਈ ਸ਼ੁਰੂ ਹਾਂ ਤੂੰ ਛੱਡ ਦੇ ਹਾਂ ਤੂੰ ਛੱਡ ਦੇ ਮੈਂ ਕਹਾਂ ਬੇਬੇ ਕੋਈ ਗੱਲ ਨਹੀਂ ਮੈਨੂੰ ਤਾਂ ਫਿਲਹਾਲ ਕੋਈ ਜਾਣਦਾ ਨਹੀਂ ਹੈਗਾ ਤੇ ਜੇ ਜਾਣਨ ਲੱਗ ਵੀ ਪਿਆ ਵੇ ਫਿਲਹਾਲ ਮੇਰਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈਗਾ ਬੈਰ ਵਿਰੋਧ ਤਾਂ ਉਹਨਾਂ ਦਾ ਵੀ ਨਹੀਂ ਸੀਗਾ ਪਰ ਇਹ ਜਿਹੜੀ ਇੰਡਸਟਰੀ ਆ ਜਾਂ ਇਹ ਨਾਂ ਆ ਇਹ ਕਿਤਨਾ ਕਿਤੇ ਰਾਹ ਦਾ ਰੋੜਾ ਬਣੇ ਜਾਂਦਾ ਜੀ ਬਿਲਕੁਲ ਨਾਮ ਜਿੱਦਾਂ ਉਹ ਲਾਈਨ ਵੀ ਬੜੀ ਫੇਮਸ ਹੋਈ ਸੀ ਕਿ ਪੁੱਤ ਫੇਮਸ ਨਾ ਹੋਈ ਨੀ ਤਾਂ ਲੋਕਾਂ ਨੇ ਤੈਨੂੰ ਮਾਰ ਦੇਣਾ ਇਹ ਉਹਨਾਂ ਦੀ ਬੇਬੇ ਨੇ ਜਿੱਦਾਂ ਕਿਹਾ ਹੋਇਆ ਆਪਣੇ ਪੁੱਤ ਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਡਾ ਗੱਲਾਂ ਕਰਕੇ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਵੀ ਪ੍ਰੋਜੈਕਟਸ ਨੇ ਤੁਹਾਡੇ ਬਹੁਤ ਸਕਸੈਸਫੁਲ ਹੋਣ ਔਰ ਜੋ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੋਚਿਆ ਹੋਇਆ ਹੈ ਜਿਸ ਪੁਆਇੰਟ ਤੱਕ ਜਿਸ ਮੁਕਾਮ ਤੱਕ ਪਹੁੰਚਣਾ ਹੈ ਰੱਬ ਤੁਹਾਨੂੰ ਜ਼ਰੂਰ ਉਦ ਤੱਕ ਪਹੁੰਚਾਏ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਕੱਢਿਆ ਡੇਲੀ ਪੋਸਟ ਟੀਮ ਨੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮੈਂ ਦੋ ਲਾਈਨਾਂ ਕਹਿਣਾ ਚਾਹੁੰ ਇਨ ਕਰਮਾ ਮਾਰੀਆਂ ਅੱਖੀਆਂ 'ਚੋਂ ਹੰਝੂਆਂ ਦੀਆਂ ਤਾਰਾਂ ਸੁੱਕੀਆਂ ਨਾ ਨੈਣਾਂ ਦੀ ਕਿਣਮਣ ਹੁੰਦੀ ਰਹੀ ਆਸਾਂ ਦੀਆਂ ਕਲੀਆਂ ਫੁੱਟੀਆਂ ਨਾ ਸਿਰ ਆਪ ਜੋਤਿਸ਼ੀ ਫੜ ਲੈਂਦੇ ਹੱਥ ਦੇਖ ਕੇ ਕਰਮਾ ਮਾਰੇ ਦਾ ਮੈਨੂੰ ਹੱਥ ਦੀਆਂ ਲੀਕਾਂ ਰੋਲ ਦਿੱਤਾ ਅਸੀਂ ਡਰ ਦੇ ਖੋਲੀਆਂ ਮੁੱਠੀਆਂ ਨਾ ਅਸੀਂ ਡਰ ਦੇ ਖੋਲੀਆਂ ਮੁੱਠੀਆਂ ਨਾ ਕੀ ਬਾਤ ਹੈ ਇਹ ਏਦਾਂ ਦੀ ਸਤਰਾ ਹੈ ਮਤਲਬ ਬਹੁਤ ਡੀਪ मीनिंग ਹੈ ਇਹ ਸਿਰਫ ਜਿੰਨੂੰ ਸ਼ੌਂਕ ਹੋਏ ਲਿਖਣ ਦਾ ਜਿੰਨੂੰ ਸ਼ੌਂਕ ਹੋਏ ਸੁਣਨ ਦਾ ਤਾਂ ਉਹ ਹੀ ਸੁਣ ਜਾਂ ਸਮਝ ਸਕਦੇ ਸਨ ਜੀ ਹੁਣ ਇੰਟਰਵਿਊ ਬੜੀ ਲੰਬੀ ਹੋ ਜਾਣੀ ਆ ਬੜੀਆਂ ਇਦਾਂ ਦੀਆਂ ਗੱਲਾਂ ਆ ਜੋ ਮੈਂ ਕਰਨੀਆਂ ਚਾਹੁੰਦਾ ਸੀ ਚਲੋ ਅੱਲਾ ਖੈਰ ਰੱਖੇ ਵਾਹਿਗੁਰੂ ਖੈਰ ਰੱਖੇ ਫੇਰ ਮਿਲਾਂਗੇ ਫੇਰ ਸੁਆਬ ਮਿਲਿਆ ਤਾਂ ਉਹ ਮੇਰੀਆਂ ਉਹੀ ਗੱਲ ਹੁੰਦੀ ਆ ਮੈਂ ਅਕਸਰ ਸਟੇਜ ਦੇ ਉੱਤੇ ਕਹਿਣਾ ਹੁੰਦਾ ਆ ਕੁਝ ਰਾਜ ਜ਼ਿੰਦਗੀ ਦੇ ਰਾਜ ਰਾਜ ਦਫਨ ਰਹਿਣ ਦੇ ਕੁਝ ਰਾਜ ਜ਼ਿੰਦਗੀ ਦੇ ਰਾਜ ਰਾਜ ਦਫਨ ਰਹਿਣ ਦੇ ਜੇ ਆਰ ਜੋਗੀ ਦੀਆਂ ਰੀਝਾਂ ਉੱਤੇ ਕਫਨ ਆ ਤਾਂ ਕਫਨ ਰਹਿਣ ਦੇ ਤੇ ਕਫਨ ਰਹਿਣ ਦੇ ਥੈਂਕ ਯੂ ਤੁਹਾਡੇ ਵੀਡੀਓਜ਼ ਵੀ ਬਹੁਤ ਵਾਇਰਲ ਹੋਈਆਂ ਮਾਸਟਰ ਸਲੀਮ ਦੇ ਨਾਲ ਫਿਰੋਜ਼ ਖਾਨ ਦੇ ਨਾਲ ਉਹ ਵੀਡੀਓਜ਼ ਦੇ ਵਿੱਚ ਦੋਨੋਂ ਇਕੱਠੇ ਸਟੇਜ 'ਤੇ ਤੁਸੀਂ ਉਹਨਾਂ ਨਾਲ ਸ਼ੇਅਰ ਕੀਤਾ ਹੈ ਹਾਂਜੀ ਹਾਂਜੀ ਬਿਲਕੁਲ ਉਸਤਾਦ ਲੋਗਾ ਜੀ ਮਾਸਟਰ ਸਲੀਮ ਜੀ ਤੇ ਬੜਾ ਪਿਆਰ ਕਰਦੇ ਆ ਬੜਾ ਕੁਝ ਉਹਨਾਂ ਦੇ ਕੋਲ ਅਸੀਂ ਮੈਨੂੰ ਟਾਈਮ ਗੁਜ਼ਾਰਨ ਦਾ ਮੌਕਾ ਮਿਲਿਆ ਤੇ ਬੜਾ ਕੁਝ ਉਹਨਾਂ ਤੋਂ ਸਿੱਖਿਆ ਬੜਾ ਕੁਝ ਸਿੱਖ ਰਹੇ ਆ ਤੇ ਰੱਬ ਰੂ ਆ ਉਸਤਾਦ ਜੀ ਮਾਸਟਰ ਸਲੀਮ ਜੀ ਫਿਰੋਜ਼ ਖਾਨ ਜੀ ਬਹੁਤ ਦਿਲਦਾਰ ਆ ਬੜੇ ਫਕੀਰ ਆ ਬੜੇ ਬਾਦਸ਼ਾਹ ਲੋਗਾ ਤੇ ਬੜਾ ਚੰਗਾ ਲੱਗਦਾ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਵੀ ਮੈਂ ਉਹਨਾਂ ਦੇ ਨਾਲ ਮਿਲਦਾ ਜੀ ਬਿਲਕੁਲ ਬਿਲਕੁਲ ਬਹੁਤ ਪਿਆਰ ਕਰਦੇ ਬੱਚਿਆਂ ਵਾਂਗੂ ਤੇ ਮਾਲਕ ਉਹਨਾਂ ਨੂੰ ਵੀ ਲੰਬੀ ਉਮਰ ਬਖਸ਼ੇ ਸੋ ਅੱਜ ਜਿਸ ਮੁਲਾਕਤ ਕੀਤੀ ਆ ਜੋਗੀ ਜੀ ਦੇ ਨਾਲ ਉਹ ਨੇ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬਾਹਰ ਜਾਂਦੇ ਨੇ ਬਾਹਰੋਂ ਵਾਪਸ ਮੁੜਦੇ ਨੇ ਜੋ ਡੌਂਕੀ ਦਾ ਕਲਚਰ ਹੈ ਇਸ ਤਰੀਕੇ ਦੇ ਨਾਲ ਬਾਹਰ ਜਾਇਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਵਾਪਸ ਆਉਂਦੇ ਨੇ ਤਾਂ ਸਬਬ ਬੰਦ ਹੈ ਇੰਡਸਟਰੀ ਦੇ ਵਿੱਚ ਕਦਮ ਰੱਖਣ ਦਾ ਐਜ਼ ਅ 뮤జిਸ਼ੀਅਨ ਸ਼ੁਰੂਆਤ ਹੁੰਦੀ ਹੈ ਆਪਣੇ ਮਾਮਾ ਜੀ ਤੋਂ ਸਿੱਖਦੇ ਔਰ ਅੱਜ ਗਾਇਕੀ ਦੇ ਸਫ਼ਰ ਦੇ ਵਿੱਚ ਕਈ ਗੀਤ ਕੱਟ ਚੁੱਕੇ ਨੇ ਔਰ ਨਵੇਂ ਪ੍ਰੋਜੈਕਟਸ ਵੀ ਉਮੀਦ ਹੈ ਕਿ ਤੁਸੀਂ ਸਾਰੇ ਸੁਣੋਗੇ ਔਰ ਉਸ ਨੂੰ ਜ਼ਰੂਰ ਪਿਆਰ ਦਿਓਗੇ ਸੋ ਕੈਮਰਾ ਪਰਸਨ ਟੋਨੀ ਦਿਨਾਲ ਜਸਨੂਰ ਤਵਨ ਡਿਲੀਪੋਸ ਪੰਜਾਬੀ